ਮੈਂ ਕੀ ਕਰਦਾ ਮੈਂ ਕੁਇਨ ਨੂੰ ਰੱਖਦਾ ਇੱਥੇ ਫੇਸ ਡਾਊਨ ਐਂਡ ਆਪਾਂ ਇਹਦੇ ਵਿੱਚ ਕੋਈ ਮਰਜ਼ੀ ਇੱਕ ਬਾਲ ਨੂੰ ਚੁਸ ਕਰਦੇ ਭਾਜੀ ਟੈਲ ਮੀ ਟੂ ਸਟਾਪ ਐਨ ਐਨੀ ਵੇ ਲੈ ਕੇ ਆਪਾਂ ਫਾਈਲ ਲੱਗ ਗਈ ਠੀਕ ਹੈ ਤਾਂ ਦੇਖੋ ਆਈ ਵਿਲ ਟੇਕ ਦ ਫਾਈਲ ਭਾਜੀ ਆਈ ਵਿਲ ਰੋਲ ਇਟ ਓਵਰ ਦ ਕਾਰਡ ਜਸਟ ਲਾਈਕ ਦਸ ਢੀ ਫੈਲ ਸਮਥਿੰਗ ਦ ਕੁਇਨ ਐਕਚੁਅਲੀ ਟਰਨ ਟੂ ਅ ਫਾਈਵ ਪੈਚ ਅੱਜ ਤੁਹਾਡੇ ਬਾਸਤੇ ਇੱਕ ਕਮਾਲ ਦਾ ਟੈਲੈਂਟਡ ਬੰਦੇ ਦੇ ਨਾਲ ਸ਼ੋਅ ਲੈ ਕੇ ਆਏ ਆ ਅਨਮੋਲ ਡਾਟ ਮੈਜਿਕ ਤੁਸੀਂ ਨੰਬਰ ਤੁਸੀਂ ਰੈਂਡਮਲੀ ਕ੍ਰੀਏਟ ਕੀਤਾ ਦ ਨੰਬਰ ਇਜ਼ 34 112101 ਰਾਈਟ ਆਈ ਵਾਂਟ ਟੂ ਓਪਨ ਇਟ ਅਪ ਉਹ ਨੰਬਰ ਇੱਕ ਰੈਂਡਮਲੀ ਜਿਹੜਾ ਇਹ ਤੁਸੀਂ ਸਾਰਿਆਂ ਨੇ ਕ੍ਰੀਏਟ ਕੀਤਾ ਹੈ ਬਾਈ ਮਲਟੀਪਲਾਈਂਗ ਇਟ ਵਾਟ ਏਵਰ ਯੂ ਲਾਈਕ ਉਹਦੇ ਵਿੱਚ ਆਲਰੇਡੀ ਮੈਂ ਇੱਕ ਪ੍ਰੈਡਿਕਸ਼ਨ ਲੈ ਕੇ ਲਿਖੀ ਦੀ ਸੀ 34112101 ਐਗਜ਼ੈਕਟਲੀ ਭਾਜੀ ਦ ਨੰਬਰਸ ਵਿਚ ਯੂ ਗਾਇਸ ਸਿਲੈਕਟਡ ਮੈਂ ਚਾਹੁੰਦਾ ਸੀ ਇਹ ਐਗਜ਼ੈਕਟ ਨੰਬਰਸ ਹੋਣ ਇਹੀ ਆਇਆ ਬਿਕਸ ਭਾਜੀ ਥਿਸ ਇਜ਼ ਨਾਟ ਅ ਨੰਬਰ ਇਫ ਯੂ ਟਰਨ ਇਟ ਅਪਸਾਈਡ ਡਾਊਨ ਇਟਸ ਐਕਚੁਅਲੀ ਪੀ ਆਰ ਆਈ ਐਮ ਪੀ ਪ੍ਰਾਈਮ 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 ਵੀ ਸਿਆ ਕੁਝ ਸਾਨੂੰ ਸਿਖਾ ਕੇ ਵੀ ਦਿਓਗੇ ਕਿ ਇਹ ਸਾਰਾ ਕੁਝ ਸਾਡੇ ਤੇ ਕਰਕੇ ਕਿਉਂ ਤੁਸੀਂ ਗਰੀਬ ਦੇ ਟਿੱਡੇ ਤੇ ਲਾਤ ਮਾਰ ਰਹੇ ਹੋ ਵੀ ਮੈਂ ਤੁਹਾਡੇ ਚ ਅੰਧਵਿਸ਼ਵਾਸ ਨੂੰ ਵਧਾਉਣਾ ਨਹੀਂ ਚਾਹੁੰਦਾ ਸਗੋਂ ਮੈਂ ਖਤਮ ਕਰ ਰਿਹਾ ਹਾਂ ਅੰਧਵਿਸ਼ਵਾਸ ਵਧਾ ਰਹੇ ਆ ਉਹ ਬਾਬੇ ਜਿਹੜੇ ਕੀ ਕਹਿੰਦੇ ਅਸੀਂ ਤੁਹਾਡੇ ਰੱਬ ਨਾਲ ਮੇਲ ਕਰਾ ਦਾਂਗੇ ਰਾਈਟ ਮੈਂ ਉਹਨਾਂ ਬਾਬਿਆਂ ਵਾਂਗੂ ਨਹੀਂ ਹੈਗਾ Ruko, ruko, ruko. i'll give you three queens and you cannot lose right ਸਤਿ ਸ਼੍ਰੀ ਅਕਾਲ ਪ੍ਰਾਈਮ ਅਸ਼ੀਅਰ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਮੈਂ ਜੋਗਰਾਜ ਸਿੰਘ ਕਾਲੋਂ ਅੱਜ ਤੁਹਾਡੇ ਵਾਸਤੇ ਇੱਕ ਕਮਾਲ ਦਾ ਟੈਲੈਂਟਡ ਬੰਦੇ ਦੇ ਨਾਲ ਸ਼ੋਅ ਲੈ ਕੇ ਆਏ ਆ ਅਨਮੋਲ ਡਾਟ ਮੈਜਿਕ ਤੁਸੀਂ ਇੰਸਟਾਗ੍ਰam ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਸਾਡੇ ਨਾਲ ਇਸ ਵਕਤ ਪ੍ਰਾਇਮੇਸ਼ੀਆ ਟੀਵੀ ਦੇ ਸਟੂਡੀਓ ਚ ਮੌਜੂਦ ਨੇ ਅਨਮੋਲ ਡਾਟ ਮੈਜਿਕ ਥੋੜਾ ਮੈਂ ਕਿਹਾ ਇੰਸਟਾਗ੍ਰਾਮ ਵਾਲੇ ਨਾਮ ਨਾਲ ਸਵਾਗਤ ਕਰੀਏ ਬਹੁਤ ਸਵਾਗਤ ਸਸ਼ਿਕਾ ਜੀ ਸਸ਼ਿਕਾ ਥੈਂਕ ਯੂ ਭਾਜੀ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਸ਼ੋਅ ਤੇ ਆ ਕੇ ਹਾਂ ਅਨਮੋਲ ਡਾਟ ਮੈਜਿਕ ਤੋਂ ਇੱਥੇ ਦਾ ਪੁਆਇੰਟ ਸਾਰੇ ਲੋਕ ਜ਼ਿਆਦਾ ਉਹ ਕਰ ਰਹੇ ਆ ਰੀਅਲ ਤਾਂ ਮੇਰੇ ਸਾਹਮਣੇ ਪੂਰਾ ਨੇਮ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਪਰ ਇਟਸ ਓਕੇ ਕੋਈ ਗੱਲ ਨਹੀਂ ਮੈਂ ਦੱਸ ਦਿੰਨਾ ਰੀਅਲ ਨੇਮ ਅਨਮੋਲਦੀਪ ਸਿੰਘ ਸਿਵਿਆ ਸਿਵਿਆ ਹਾਂ ਜੀ ਪਰ ਕੀ ਬਾਤ ਬਹੁਤ ਸੋਹਣਾ ਨਾਮ ਕਮਾਲ ਦਾ ਤੇ ਤੁਸੀਂ ਬਹੁਤ ਹੀ ਟੈਲੈਂਟਡ ਹੋ ਤੁਸੀਂ ਬਹੁਤ ਵ ਹਾਂਜੀ ਭਾਈ ਤੇ ਅੱਛਾ ਸੀ ਤੁਹਾਡੇ ਮੈਜਿਕ ਬਾਰੇ ਥੋੜਾ ਕੋ ਗੱਲਾਂ ਬਾਤਾਂ ਵੀ ਵੇਚਣੀਆਂ ਨੇ ਤੇ ਨਾਲ ਨਾਲ ਟ੍ਰਿਕਸ ਬਾਰੇ ਇਨਫੋਰਮੇਸ਼ਨ ਵੀ ਲਵਾਂਗੇ ਤੇ ਟ੍ਰਿਕਸ ਸਾਨੂੰ ਕਰਕੇ ਵੀ ਦਿਖਾਓਗੇ ਨਾਲ ਬਿਲਕੁਲ ਭਾਈ ਮੈਂ ਕਹਿੰਦਾ ਆਪਾਂ ਟ੍ਰਿਕ ਤੋਂ ਸਟਾਰਟ ਕਰਦੇ ਆ ਐਕਚੁਅਲੀ ਚਲੋ ਜੀ ਜੇਪਾ ਟ੍ਰਿਕ ਤੋਂ ਹੀ ਸਟਾਰਟ ਕਰੀਏ ਤਾਂ ਕਿਸੇ ਚੀਜ਼ ਨਾਲ ਸਟਾਰਟ ਕਰਦੇ ਆ ਸੋ ਫੋਰ ਐਗਜ਼ਾਮਪਲ ਮੇਰੇ ਕੋਲ ਇਥੇ ਇੱਕ ਬੁੱਕ ਹੈ ਪਾਜੀ ਤੇ ਮੇਰੇ ਕੋਲ ਦੋ ਪ੍ਰੈਡਿਕਸ਼ਨਸ ਨੇ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਦਿੰਦਾ ਇੱਕ ਪ੍ਰੈਡਿਕਸ਼ਨ ਹੈਗੀ ਆ ਇਹ ਪ੍ਰੈਡਿਕਸ਼ਨਸ ਉਹ ਨਹੀਂ ਮੈਨੂੰ ਲੱਗਦਾ ਵੀ ਇਨ ਫਿਊਚਰ ਨਾਲ ਆਪਣਾ ਕੁਝ ਨਾ ਕੁਝ ਕੰਮ ਹੋਊਗਾ ਇਹਨਾਂ ਨਾਲ ਵੀ ਮੇਬ ਮਨੂੰ ਨਹੀਂ ਪਤਾ ਇਹਦੇ ਵਿੱਚ ਕੀ ਹੈ ਤੇ ਭਾਜੀ ਘਰੋਂ ਆਪਣੇ ਨਾਲ ਹੀ ਲੈ ਕੇ ਆਏ ਆ ਬਿਲਕੁਲ ਇਹ ਬੰਦੀ ਹੀ ਇਦਾਂ ਆਈਆਂ ਤੇ ਆਉਂਦੇ ਮੇਰਾ ਪਹਿਲਾ ਸਵਾਲ ਇਹ ਹੈ ਸੀਗਾ ਕਿ ਇਹ ਕੀ ਚੀਜ਼ਾਂ ਨੇ ਕਿਹਦੇ ਜਦੋਂ ਸ਼ੋ ਹੋਊਗਾ ਨਾ ਤੁਹਾਨੂੰ ਉਦੋਂ ਦੱਸਾਂਗੇ ਆਪਾਂ ਸੋ ਆਪਾਂ ਹੁਣ ਬਾਅਦ ਵਿੱਚ ਫਿਰ ਦੇਖਦੇ ਆਂ ਬਾਕੀ ਸਾਰਾ ਸੌਦਾ ਪਤਾ ਸਾਡੇ ਕੋਲ ਰੈਡੀ ਆ ਮੈਜਿਕ ਵਾਸਤੇ ਅੱਛਾ ਇਹਦੇ ਵਿੱਚ ਕੀ ਹੈ ਭਾਜੀ ਇੱਕ ਨਾਰਮਲ ਬੁੱਕ ਆ ਸੋ ਇਹ ਬੁੱਕ ਦੇ ਵਿੱਚ ਕੀ ਹੈ ਮੈਂ ਜੇ ਬੁੱਕ ਰੀਡ ਕਰਨੀ ਸਟਾਰਟ ਕੀਤੀ ਸੀਗੀ ਤੇ ਮੈਂ ਸੋਚਿਆ ਕਿਉਂ ਨਾ ਬੁੱਕ ਦੇ ਨਾਲ ਆਪਾਂ ਇੱਥੇ ਕੁਝ ਕਰੀਏ ਰਾਈਟ ਫਸਟ ਆਫ ਆਲ ਆਪਾਂ ਕੀ ਕਰਾਂਗੇ ਆਪਾਂ ਕੋਈ ਵੀ ਇੱਕ ਬੁੱਕ ਦੇ ਵਿੱਚ ਕੋਈ ਵੀ ਇੱਕ ਪੇਜ ਚੂ ਮੇਰੇ ਕੋਲ ਇੱਥੇ ਇੱਕ ਆਹ ਹੋਗਾ ਨੋਰਮਲ ਕਾਰਡ ਮੈਂ ਚਾਹਣਾ ਕਿਤੇ ਮਰਜੀ ਜਿੱਥੇ ਵੀ ਤੁਹਾਡਾ ਦਿਲ ਕਰਦਾ ਮੈਨੂੰ ਸਟਾਪ ਬੋਲੋ ਭਾਜੀ ਸਟਾਪ ਪਰ ਇੱਥੇ ਜਿੱਥੇ ਵੀ ਤੁਸੀਂ ਮੈਨੂੰ ਸਟਾਪ ਬੋਲੇ ਮੈਂ ਕੀ ਕਰਦਾ ਮੈਂ ਉਹਦੇ ਕਾਰਡ ਨੂੰ ਉਹਦੇ ਵਿੱਚ ਜਸਟ ਲਾਈਕ ਦਸ ਫਿਟ ਕਰ ਦਿੰਦਾ ਐਂਡ ਮੈਂ ਚਾਹਣਾ ਵੀ ਤੁਸੀਂ ਇੱਕ ਛੋਟਾ ਜਿਹਾ ਨਾ ਪੀਕ ਲੈ ਲਓ on the page number ਜਿਹੜਾ ਕੀ ਸੀਗਾ ਇੱਥੇ just speak ਉਹਨੂੰ ਯਾਦ ਰੱਖਿਓ ਪੇਜ ਨੰਬਰ ਭੁੱਲੇ ਹੁੰਦਾ ਨੋ ਮੈਟਰ what happens ਪੇਜ ਨੰਬਰ ਨਹੀਂ ਤੁਸੀਂ ਭੁੱਲਣਾ ਐਂਡ ਕੋਈ ਤੁਹਾਨੂੰ ਐਦਾਂ ਤਾਂ ਨਹੀਂ ਹੈਗਾ ਵੀ ਕੋਈ ਡਾਊਟ ਹੋਵੇ ਵੀ ਉਹ ਪੇਜ ਨੰਬਰ ਕਿਹੜਾ ਸੀ ਆ ਸਮਥਿੰਗ ਲਾਈਕ ਦੈਟ ਨਾਥਿੰਗ ਲਾਈਕ ਦੈਟ ਰਾਈਟ ਤੇ ਬੁੱਕ ਨੂੰ ਆਪਾਂ ਚਾਹੁੰਦੇ ਆ ਵੀ ਆਪਾਂ ਕਿਸੇ ਨੂੰ ਫੜਾਈਏ ਆ ਸਮਥਿੰਗ ਲਾਈਕ ਦੈਟ ਸੋ ਇੱਕ ਕੰਮ ਕਰਦੇ ਆ ਮੈਂ ਬੁੱਕ ਨੂੰ ਤੁਹਾਨੂੰ ਹੀ ਫੜਾ ਦਿੰਦਾ ਓਕੇ ਤੇ ਬੁੱਕ ਨੂੰ ਮੈਂ ਇੱਥੇ ਰੱਖ ਦਿੰਦਾ ਇਹਦੇ ਉੱਤੇ ਪਲੀਜ਼ ਇੱਕ ਹੱਥ ਰੱਖ ਲਓ ਓਕੇ ਬੈਰੀ ਫਰਸਟ ਟਾਈਮ ਉਹਦੇ ਉੱਤੇ ਹੱਥ ਰੱਖ ਕੇ ਇਦਾਂ ਸਿੱਧਾ ਫॉर द ਫਰਸਟ ਟਾਈ uh i'll try to like smally guess the page number paaji was it even or odd paaji ye main thoda pehle question puchta it was even even me do it da lag raha the page number which you were thinking was maybe it was definitely 300 like 300 something yeah. uh 300 maybe 92 or 96 yes or no paaji no not even 92 not even 96 am i close yes close 92 not 96 what was the page number paaji 394 that's not possible no it was 394 not possible you know why because book de vich 394 page number hai ni paaji 392 hega 396 hega book de vich 394 no it was 394 open 394. it to page number 394 paaji now now when you go to 394 paaji you will see something

ਤੇ ਆ ਪਟੇਰਪ ਕਰਨ ਤੋਂ ਬਾਅਦ ਜਸਟ ਲਾਈਕ ਦਿਸ ਮੈਂ ਤੁਹਾਨੂੰ ਚਾਹੂੰਗਾ ਮੈਂ ਵਿੱਚ ਨਹੀਂ ਜਾਊਗਾ ਮੈਂ ਚਾਹੁੰਦਾ ਵੀ ਤੁਸੀਂ ਵਿੱਚ ਜਾਓ ਤੁਸੀਂ ਵਿੱਚ ਜਾ ਕੇ ਫਾਈਂਡ ਆਊਟ ਕਰੋ ਵੀ ਵਿੱਚ ਕੀ ਹੈ ਠੀਕ ਹੈ ਆ ਬਿਲ ਸੂਪਨ ਇਟ ਅਪ ਨਾਥਿੰਗ ਇਨ ਮਾਈ ਹੈਂਡਸ ਭਾਜੀ ਠੀਕ ਹੈ ਭਾਜੀ ਓਪਨ ਇਟ ਅਪ ਵਿੱਚ ਕੀ ਹੈ ਭਾਜੀ ਓ ਵਿੱਚ ਪੇਜ ਆ ਓ ਇਟਸ 394 ਕੀ ਬਾਤ ਅਸਲ ਜੀ ਪਹਿਲੀ ਗੱਲ ਮੇਰੇ ਦਿਮਾਗ ਚ ਆਈ ਕਿ ਸ਼ਾਇਦ ਤੁਸੀਂ ਹੱਥ ਦੀ ਸਫਾਈ ਦੇ ਨਾਲ ਪੇਜ ਪਾੜਤਾ ਹੋਏ ਤੇ ਪਤਾ ਹੀ ਨਾ ਲੱਗਾ ਹੋਵੇ ਹੂੰ ਐਂਡ ਜਸਟ ਟੂ ਕਨਫਰਮ ਭਾਜੀ ਜਸਟ ਟੂ ਕਨਫਰਮ 394 ਇਹ ਐਗਜ਼ੈਕਟ ਉਹੀ ਪੇਜ ਹੈ ਜਿਹੜਾ ਕਿ ਉਹਨਾਂ ਨੇ ਸਿਲੈਕਟ ਕੀਤਾ ਸੀ ਦਾ ਐਗਜ਼ੈਕਟ ਥਿੰਗ ਅੱਛਛਾ ਨਾਲ ਪਾ ਵੀ ਰੀਡਿੰਗ ਵੀ ਮੈਚ ਕਰਕੇ ਦੇਖ ਲਓ ਇਹ ਇਹਦਾ ਹੀ ਟਰਨ ਹੋਇਆ ਪੇਜ ਆ ਭਾਜੀ ਫਾਈਬਰ ਟੂ ਫਾਈਬਰ ਓ ਸੋ ਥਿਸ ਇਜ਼ ਦਾ ਫਰਸਟ ਟ੍ਰਿਕ ਵਾਓ ਥਿਸ ਇਜ਼ ਗ੍ਰੇਟ ਅਮੇਜ਼ਿੰਗ ਕੀ ਬਾਤ ਹੈ ਮਤਲਬ ਉਹੀ ਪੇਪਰ ਇਹਦੇ ਵਿੱਚੋਂ ਨਿਕਲਿਆ ਹੈ ਨਾ ਵਾਓ ਐਗਜ਼ੈਕਟਲੀ ਐਗਜ਼ੈਕਟਲੀ ਸੋ ਬੰਦੇ ਨੂੰ ਕਨਫਿਊਜ਼ ਕਰਨਾ ਪਾਜੀ ਮੇਰਾ ਕੰਮ ਹੈ ਤਾਂ ਆਪਾਂ ਤੁਸੀਂ ਇਦਾਂ ਕਹਿ ਸਕਦੇ ਹੋ ਭਾਜੀ ਇਹ ਇਹ ਇਦਨ ਹੀ ਬਹੁਤ ਪ੍ਰੈਕਟਿਸ ਹੋਊਗੀ ਤੁਹਾਡੀ ਇਹ ਇਹਨੂੰ ਮੈਜਿਕ ਕਹੀਏ ਜਾਂ ਜਾਦੂ ਕਹੀਏ ਕਾਲਾ ਜਾਦੂ ਹੈ ਕੀ ਹੈ ਪ੍ਰੈਕਟਿਸ ਹੈ ਫਸਟ ਆਫ 올 ਜਸਟ ਭਾਜੀ ਮੈਂ ਉਹਨਾਂ ਨੂੰ ਕਨਫਰਮ ਕਰਨਾ ਚਾਹੁੰਨਾ ਹਾਂ ਮੈਂ ਜੇ ਐਂ ਕਹੂੰਗਾ ਮੈਜਿਕ ਨਹੀਂ ਹੁੰਦਾ ਦੈਟ ਇਜ਼ ਰੋਂਗ ਐਸ ਵੈਲ ਬਿਕਾਜ਼ ਮੈਜਿਕ ਅਸਲ ਵਿੱਚ ਜੇ ਤੁਸੀਂ ਤਾੰਤਰਿਕ ਵਿੱਦਿ ਵਗੈਰਾ ਉਦਾਂ ਮੈਂ ਉਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ ਉਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਜਾਂ ਤਾਂ ਹਾਦੀ ਸਫਾਈ ਹੁੰਦੀ ਹੈ ਜਾਂ ਫਿਰ ਸਾਇੰਸ ਹੁੰਦੀ ਹੈ ਬਟ ਇਫ ਦੇ ਵਿਲ ਥਿੰਕ ਵੀ ਜਿਹੜਾ ਕੁਝ ਮੈਂ ਕਰ ਰਿਹਾ ਦਿਸ ਇਜ਼ ਮੈਜਿਕ ਦਿਸ ਇਜ਼ ਆਈਦਰ ਸਲਾਈਟ ਆਫ ਹੈਂਡ ਜਿਹਨੂੰ ਕਿ ਹੱਦੀ ਸਫਾਈ ਕਹਿੰਦੇ ਔਰ ਸਮ ਕਾਈਂਡ ਆਫ ਸਾਇੰਸ ਪਰ ਹਾਂ ਮੈਜਿਕ ਇੱਕ ਜਗ੍ਹਾ ਤੇ ਐਗਜ਼ਿਸਟ ਕਰਦਾ ਭਾਜੀ ਯੂ نو ਜਦੋਂ ਆਪਾਂ ਬਹੁਤ ਛੋਟੇ ਜਵਾਕ ਸੀ ਕਿ ਕਿਸੇ ਟਾਈਮ ਦੇ ਉੱਤੇ ਰਾਈਟ ਤੇ ਉਸ ਟਾਈਮ ਦੇ ਉੱਤੇ ਆਪਾਂ ਨੂੰ ਕੋਈ ਨਵੀਂ ਚੀਜ਼ ਪਤਾ ਲੱਗਦੀ ਸੀ ਐਂਡ ਵੀ ਵਰ ਲਾਈਕ ਵਾਓ ਰਾਈਟ ਉਹ ਦਿਸ ਹੈਪਨਸ ਇਹ ਵੀ ਹੁੰਦਾ ਲਾਈਕ ਕੁਦਰਤ ਦੇ ਵਿੱਚ ਸੋ ਉਹ ਮੋਮੈਂਟ ਲਈ ਉਹ ਬੱਚੇ ਲਈ ਮੈਜਿਕ ਸੀਗਾ ਪਰ ਜਦੋਂ ਆਪਾਂ ਵੱਡੇ ਹੁੰਦੇ ਗਏ ਆਪਾਂ ਚੀਜ਼ਾਂ ਸਿੱਖਦੇ ਗਏ ਉਹ ਵਾਓ ਵਾਲੀ ਮੋਮੈਂਟ ਆਪਣੇ ਵਾਸਤੇ ਚਲੀ ਗਈ ਤੇ ਫਿਰ ਵੀ were like ਵੀ ਨਹੀਂ ਯਾਰ ਯੂ نو ਵਟ ਮੈਜਿਕ ਡਸਨਟ ਐਗਜ਼ਿਸਟ ਬੱਚੇ ਵਾਸਤੇ ਮੈਜਿਕ ਐਗਜ਼ਿਸਟ ਕਰਦਾ ਤੁਸੀਂ ਉਹ ਬਸ ਵਾਓ ਟਾਈਪ ਵਾਪਸ ਲੈ ਗਏ ਮੈਂ ਜੋ ਲੋਕਾਂ ਦੇ ਵਿੱਚੋਂ ਬੱਚੇ ਜਿਹੜਾ ਹੈਗਾ ਨਾ ਦੁਬਾਰਤੋਂ ਵਾਪਸ ਕੱਢਣ ਦੀ ਨਹੀਂ ਆ ਗੱਲ ਬਿਲਕੁਲ ਠੀਕ ਹੈ ਨਾਟ ਲਿਟਰਲੀ ਇਹ ਇਹ ਭਾਜੀ ਜਿਵੇਂ ਤੁਸੀਂ ਹੁਣ ਤੁਸੀਂ ਹਮ ਤੌਰ ਤੇ ਤੁਹਾਡੀਆਂ ਵੀਡੀਓਜ਼ ਦੇਖੀਆਂ ਹਾਂਜੀ ਭਾਜੀ ਤੁਸੀਂ ਮਾਈਂਡਸ ਰੀਡ ਕਰਦੇ ਹੋ ਹਾਂਜੀ ਭਾਜੀ ਤੁਸੀਂ ਪਤਾ ਕਰ ਲੈਂਦੇ ਬੰਦੇ ਦੇ ਦਿਮਾਗ ਦੇ ਅੰਦਰ ਕੀ ਚੱਲਦਾ ਪਿਆ ਤੇ ਦੀ ਕਿ ਸਿਹਤ ਦੇ ਨਾਲ ਕੁਛ ਕਰਨਾ ਕੁਛ ਕੁਛ ਕਰ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੀਆਂ ਵਾਇਰਲ ਵੀਡੀਓਜ਼ ਵਿੱਚ ਦੇਖੀਆਂ ਫਿਰ ਉੱਥੇ ਹੱਥ ਦੀ ਸਫਾਈ ਉੱਥੇ ਸਾਇੰਸ ਕੀ ਹੁੰਦੀ ਆ ਅ ਇਟਸ ਵੈਰੀ ਸਿੰਪਲ ਭਾਜੀ ਸਾਇੰਸ ਉਹਦੇ ਵਿੱਚ ਇਹ ਆਉਂਦੇ ਵੀ ਉਹ ਮੈਂ ਐਗਜ਼ੈਕਟਲੀ ਤੁਹਾਨੂੰ ਡੀਪਲੀ ਨਹੀਂ ਦੱਸ ਸਕਦਾ ਵੀ ਕਿਹੜੇ ਸਾਇੰਸ ਦੀ ਕਿਹੜੀ ਚੀਜ਼ਾਂ ਮੈਂ ਯੂਜ਼ ਕਰ ਰਿਹਾ ਬਟ ਉਹ ਵੀ ਇੱਕ ਟਾਈਪ ਦੀ ਸਾਇੰਸ ਹੈ ਬਿਕਾਜ਼ ਜੇ ਮੈਂ ਕਿਸੇ ਦਾ ਦਿਮਾਗ ਸੱਤਾ ਇਦਾਂ ਪੜ ਸਕਦਾ ਅ ਵੀ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਅੱਖਾਂ ਦੇ ਦੇ ਕੇ ਸਿੱਧਾ ਹੀ ਉਹਨਾਂ ਦਾ ਦਿਮਾਗ ਪੜ ਸਕਦਾ ਪਰ ਉਹਦੇ 'ਚ ਬਹੁਤ ਚੀਜ਼ਾਂ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਕਹਿਣਾ ਅ ਰਾਈਟ ਮੈਂ ਤੁਹਾਨੂੰ ਕਿਹਾ ਸੀਗਾ ਇਸ ਵੀਡੀਓ ਦੇ ਸਟਾਰਟ ਹੋਣ ਤੋਂ ਪਹਿਲਾਂ ਮੈਂ ਚਾਹੁੰਦਾ ਵੀ ਤੁਸੀਂ ਕੋਈ ਵੀ ਜਗ੍ਹਾ ਸੋਚੋ ਪਰ ਤੁਸੀਂ ਸਵਿਚ ਨਾ ਕਰਿਓ ਲਾਈਕ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਵਾਰੀ ਵਾਰੀ ਸਵਿਚ ਕਰਦੇ ਰਹੋ ਜਾਂ ਸਮਥਿੰਗ ਲਾਈਕ ਥੈਟ ਤੁਸੀਂ ਕੋਈ ਜਗ੍ਹਾ ਤੁਹਾਡੇ ਦਿਮਾਗ ਚ ਹੋਣੀ ਹੈ ਸਮਥਿੰਗ ਲਾਈਕ ਥੈਟ ਤੇ ਆਪਾਂ ਕੁਝ ਫਿਕਸ ਨਹੀਂ ਕੀਤਾ ਜਸਟ ਫॉर द ਆਡੀਅנס ਨਾਥਿੰਗ ਇਜ਼ ਸਕ੍ਰਿਪਟਡ ਨਾਥਿੰਗ ਲਾਈਕ ਥੈਟ ਆਪਾਂ ਕੋਈ ਫਿਕਸ ਨਹੀਂ ਕੀਤਾ ਤੁਸੀਂ ਮੈਨੂੰ ਦੱਸਿਆ ਨਹੀਂ ਨਾਥਿੰਗ ਲਾਈਕ ਥੈਟ ਰਾਈਟ ਮੈਂ ਚਾਹੁੰਦਾ ਅੱਖਾਂ ਬੰਦ ਕਰੋ ਤੁਸੀਂ तु जगह तो कभी नहीं गए no. कभी भी नहीं गए बट uh, मैं पता इमेजिन करना एक बार थोड़ा या डिफिकल्ट होगा पर फिर भी इमेजिन करो भी वो जगह पॉइंट एड्डे सामने है ट्राई टू तो क्रिएट अ पिक्चर ऑफ द इमेज व्हाटएवर इट इज वटावी no. आखा खोलो ਮੈਨੂੰ ਇਹਨਾਂ ਜਿਵੇਂ ਰੀਅਲ ਦੇ ਵਿੱਚ ਮੇਰੇ ਕੋਲ ਮੈਜਿਕ ਪਾਵਰਸ ਹੁੰਦੀ ਮੈਨੂੰ ਇਹਨਾਂ ਕਰਾਉਣ ਦੀ ਲੋੜ ਨਹੀਂ ਪੈਣੀ ਸੀ ਪਰ ਰਾਈਟ ਨਾਓ ਮੈਂ ਆਲਟੇ ਕ ਵਰਲਡ ਗੈਸ ਕਰ ਪਾ ਜੀ ਤੁਸੀਂ ਡੈਫੀਨਿਟਲੀ ਕੋਈ ਬੀਚ ਬਾਰੇ ਨਹੀਂ ਸੋਚ ਰਹੇ ਸੀ ਇਟ ਵਾਸ ਨਾਟ ਅ ਬੀਚੀ ਪਲੇਸ ਇਟ ਵਾਸ ਸਮਥਿੰਗ ਐਲਸ ਮੈਨੂੰ ਲੱਗ ਰਿਹਾ ਤੁਸੀਂ ਯੂ ਵੇਰ ਇਮੇਜਿਨਿੰਗ ਮੇਬੀ ਕਾਈਂਡ ਆਫ ਬਿਲਡਿੰਗਸ ਮੇਬੀ ਸਮ ਕਾਈਂਡ ਆਫ ਬਿਲਡਿੰਗਸ ਮੈਨੂੰ ਨਹੀਂ ਪਤਾ ਮਤਲਬ ਕਾਈਂਡ ਆਫ ਬਿਲਡਿੰਗਸ ਮੈਂ ਇਸ ਲਈ ਕਹਿ ਰਿਹਾ ਬਿਕਾਜ਼ ਦੋਸ ਵਾ ਨਾਟ ਦ ਕਾਈਂਡ ਆਫ ਬਿਲਡਿੰਗਸ ਵਿਚ ਯੂ ਸੀ ਇਨ ਨਿਊਯਾਰਕ ਲਾਈਕ ਨਿਊ हो, हो, right? हाँ. like, kind of मैं इदा लग रहा है भी वो कुछ होर एक स्ट्रक्चर डिफरेंट से उन्होंने एम आई राइट लाइक एक डिफरेंट कैंड स्ट्रक्चर मैं एक्सप्लेन नहीं कर सकता किस टाइप का स्ट्रक्चर से थिंक ऑफ द फस्ट लैटर ऑफ द प्लेस भाजी सोच लै जिम्मे मेरा नाम अनमोल है पहला लैटर ए आ गया पहला नाम सोच लै बाय एनी चांस इज इट इज इट आई भाजी नथिंग ऑफ द लास्ट लैटर नथिंग ऑफ एनी लैटर इन द सेंटर हाँ आई ही आ ਆਈ ਥਿੰਕ ਹੁਣ ਇਟਸ ਅ ਬਿਊਟੀਫੁਲ ਟਾਈਮ ਟੂ ਗੋ ਟੂ ਇਟਲੀ ਬਾਜੀ ਨਾ ਲੈਟਸ ਟਰਾਈ ਦਿਸ ਨਾ ਲੈਟਸ ਟਰਾਈ ਨਾ ਲੈਟਸ ਟਰਾਈ ਦਿਸ ਆ ਆਪਾਂ ਇੱਕ ਚੀਜ਼ ਕਰਨ ਦੀ ਟਰਾਈ ਕਰਦੇ ਹਾਂ ਮੈਂ ਮੇਰੇ ਦਿਮਾਗ ਚ ਇਟਲੀ ਦਾ ਕਿਉਂਕਿ ਮੈਂ ਕਿਤੇ ਗਿਆ ਨਹੀਂ ਦੇਖਿਆ ਨਹੀਂ ਮੇਰੇ ਦਿਮਾਗ ਚ ਉੱਤੇ ਅਰਮਾਨੀ ਦਾ ਸ਼ੋਰੂਮ ਬਹੁਤ ਵੱਡਾ ਹੈ ਕਿਉਂਕਿ ਇਟ ਬਲੋਂਗਸ ਟੂ ਇਟਲੀ ਹੈ ਨਾ ਫੈਸ਼ਨ ਮੇਰੇ ਦਿਮਾਗ ਚੋ ਫੈਸ਼ਨ ਸਟਰੀਟ ਸੀਗੀ ਮੈਂ ਉਸ ਦਿਮਾਗ ਚ ਸੋਚਿਆ ਸੀਗਾ ਪਰ ਵਾਓ ਇਟਸ ਗ੍ਰੇਟ ਕਮਾਲਾ ਯਾਰ ਨਾ ਮੈਂ ਤੁਹਾਨੂੰ ਦੇਖੋ ਕੁਝ ਸਾਨੂੰ ਸਿਖਾ ਕੇ ਵੀ ਜਾਓਗੇ ਕਿ ਨਹੀਂ ਕਿ ਸਾਰਾ ਕੁਝ ਸਾਡੇ ਤੇ ਕਰਕੇ ਜਾਓਂ ਕਿਉਂ ਤੁਸੀਂ ਗਰੀਬ ਦੇ ਢਿੱਡ ਤੇ ਲੱਤ ਮਾਰ ਰਹੇ ਹੋ ਠੀਕ ਹੈ ਤੋ ਉਹ ਕਹਿੰਦੇ ਨਹੀਂ ਹੁੰਦੇ ਵਿਕਾਵਤ ਹੁੰਦੀ ਹੈ ਕੋੜਾ ਕਾਨਾ ਦੋਸਤੀ ਕਰੂਗਾ ਖਾਊਗਾ ਕੀ ਤਾਂ ਉਹ ਚੀਜ਼ ਉਹ ਚੀਜ਼ ਹੈ ਭਾਜੀ ਅੱਛਾ ਉਦਾਂ ਵੈਸੇ ਦੱਸੋ ਇਹ ਬਹੁਤ ਸੌਖਾ ਹੈ ਕਿ ਬਹੁਤ ਔਖਾ ਹੈ ਤੁਹਾਡੇ ਲਈ ਬਹੁਤ ਬਹੁਤ ਔਖਾ ਹੈ ਉਸੇ ਤੁਹਾਡੇ ਲਈ ਬਹੁਤ ਔਕਾ ਹੈ ਮੇਰੇ ਲਈ ਰਾਈਟ ਨਾ ਜੇ ਮੈਂ ਕਹਾਂ ਫੋਰ ਐਗਜ਼ਾਮਪਲ ਜਿਹੜੀ ਮੈਂ ਤੁਹਾਨੂੰ ਹੁਣ ਸਲਾਈਡਸ ਦਿਖਾਉਂਗਾ ਸਲਾਈਡਸ ਮੈਂ ਤੁਹਾਨੂੰ ਪਹਿਲਾਂ ਹੀ ਡਿਫਾਈਨ ਕਰ ਦਿੰਦਾ ਸਲਾਈਡ ਸਰਦੀ ਥਿੰਕ ਫੋਰ ਐਗਜ਼ਾਮਪਲ ਜਿਹੜੀ ਹੱਦੀ ਸਫਾਈ ਆਪਾਂ ਕਰਦੇ ਆ ਜਿਹੜੋ ਤਾਂ ਇੱਕ ਮੂਵ ਹੁੰਦਾ ਹੈ ਜੇ ਮੰਨ ਕੇ ਚੱਲ ਵੀ ਆਪਾਂ ਕੋਈ ਵੀ ਚੀਜ਼ ਕਰਦੇ ਨੇ ਰਾਈਟ ਆਡੀਅנס ਵਾਸਤੇ ਤਾਂ ਜਿਹੜੋ ਤਾਂ ਇੱਕ ਮੂਵ ਹੁੰਦਾ ਹੈ ਦੈਟ ਇਜ਼ ਕਾਲਡ ਸਲਾਈਟ ਓਕੇ ਸਲਾਈਡਸ ਹੁੰਦੀਆਂ ਵੀ ਜਿਵੇਂ ਮੈਂ ਮੂਵਸ ਅਦੇ ਸਿੱਖਦਾ ਰਹਿਣਾ ਉਹਨਾਂ ਨੂੰ ਕਹਿੰਦੇ ਸਲਾਈਟਸ ਤੇ ਏਸੀ ਪੂਰੀ ਚੀਜ਼ ਨੂੰ ਕਹਿੰਦੇ ਸਲਾਈਟ ਆਫ ਹੈਂਡ ਰਾਈਟ ਸਲਾਈਟ ਆਫ ਹੈਂਡ ਹੱਥ ਦੀ ਸਫਾਈ ਤਾਂ ਸਲਾਈਟ ਆਫ ਹੈਂਡ ਜਦੋਂ ਮੈਂ ਕਰਦਾ ਤਾਂ ਉਹਦੇ ਇੱਕ ਇੱਕ ਮੂਵਸ ਨੂੰ ਕਈ ਵਾਰੀ ਜਿਹੜਾ ਕਿ ਸਿਰਫ ਮੈਂ 2 ਸੈਕਿੰਡ ਲਈ ਪਰਫਾਰਮ ਕਰਦਾ ਮੈਨੂੰ ਉਹਨੂੰ ਸਿੱਖਣ ਲਈ 15 15 ਘੰਟੇ ਲੱਗ ਜਾਂਦੇ ਕਈ ਇਦਾਂ ਦੇ ਮੂਵਸ ਨੇ ਜਿਨ੍ਹਾਂ ਨੂੰ ਕਈ ਕਈ ਦਿਨ ਲੱਗ ਜਾਂਦੇ ਆ ਤੇ ਉਹ ਮੂਵ ਅਸਲ ਵਿੱਚ ਤੁਹਾਨੂੰ ਦਿਖੂਗਾ ਵੀ ਨਹੀਂ ਕਦੇ ਬਿਕੋਜ਼ ਉਹ ਮੂਵ ਬਣਿਆ ਹੀ ਨਾ ਦਿਖਣ ਵਾਸਤੇ ਓਕੇ ਐਂਡ ਇਟ ਵਿਲ ਬੀ ਲਾਈਕ 2 ਸੈਕਿੰਡਸ ਦੈਟਸ ਇਟ ਵਾਓ ਸੋ ਇਹ ਚੀਜ਼ ਇਹਦੇ ਵਿੱਚ ਔਖੀ ਹੈ ਬਟ ਵਾਂਸ ਯੂ ਲਰਨ ਇਟ ਵਾਂਸ ਇਟਸ ਲਾਈਕ ਮੈਂ ਕਹਿੰਦੇ ਹੁੰਦੇ ਨਾ ਵੀ ਮੈਜਿਕ ਦੀ ਇੰਡਸਟਰੀ ਵਿੱਚ ਵੀ 1000 ਟਾਈਮਰਸ ਵਾਂਸ ਜੇ ਕੋਈ ਇਫੈਕਟ ਤੁਹਾਡਾ 1000 ਟਾਈਮਰ ਬਣ ਜਾਂਦਾ ਹੈ ਦੈਨ ਉਹਨੂੰ ਤੁਹਾਡਾ ਐਫਰਟ ਨਹੀਂ ਲੱਗਦਾ ਬਿਕਾਜ਼ ਉਹ ਮੈਂ ਸੋਚ ਵੀ ਨਹੀਂ ਰਿਹਾ ਮੈਂ ਇਫੈਕਟ ਨੂੰ ਕਰਨ ਵਾਸਤੇ ਆਈ ਕੈਨ ਈਜ਼ੀਲੀ ਡੂ ਇਟ ਵਾਓ ਮੈਂ ਐਟ ਦ ਪੁਆਇੰਟ ਜਦੋਂ ਵੀ ਮੈਨੂੰ ਕੋਈ ਸ਼ੋਸ ਲਈ ਬੁੱਕ ਕਰਦੇ ਆ ਮੈਂ ਉਹਨਾਂ ਤੋਂ ਆਬਜੈਕਟਸ ਬਾਰੋ ਕਰਦਾ ਆਮ ਲਾਈਕ ਕੋ ਕੇਅਰ ਰਿੰਗਸ ਕੌਇਨਸ ਕੁਝ ਵੀ ਮੈਨੂੰ ਦਿਓ ਐਂਡ ਆਲ ਡੂ ਸਮਥਿੰਗ ਵਿਦ ਯੋਰ ਆਬਜੈਕਟਸ ਬਿਕਾਜ਼ ਬਿਕਾਜ਼ ਯੂ نو ਵਾਟ ਬੀਦਾਂ ਨਾ ਲੱਗੇ ਵੀ ਤੁਸੀਂ ਘਰੋਂ ਕੁਝ ਪਲਾਨਡ ਕਰਕੇ ਲੈ ਕੇ ਆਇਓ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਜਿਹੜੀਆਂ ਰਿੰਗਸ ਮੈਂ ਚੀਪੈਸਟ ਬਾਇ ਕਰਦਾ ਵਿਸ਼ ਨਾਮ ਦੀ ਐਪ ਆ ਮੈਂ ਉਹਦੇ ਤੋਂ 1 1 ਡਾਲਰ ਵਾਲੀਆਂ ਰਿੰਗਸ 30 30 ਆਰਡਰ ਕਰ ਲੈਣਾ ਉਹ 30 ਜਿਹੜੀਆਂ ਰਿੰਗਸ ਮੈਂ ਆਰਡਰ ਕਰ ਲੈਣਾ ਨਾ ਤਾਂ ਉਹ ਮੈਂ ਚੀਪੈਸਟ ਕਿਉਂ ਰੱਖਦਾ ਤਾਂ ਕਿ ਐਕਸਪੈਂਸਿਵ ਹੋ ਜੇ ਉਹਨਾਂ ਨੂੰ ਇੰਨਾ ਨਾ ਲੱਗੇ ਵੀ ਮੈਂ ਇਹਦੇ ਵਿੱਚ ਕੋਈ ਸਪੈਸੀਫਿਕ ਕੀਤਾ ਲਾਈਕ ਦਾ ਨੋਰਮਲ ਰਿੰਗ ਐਜ਼ ਪੋਸੀਬਲ ਜਿਹੜੇ ਆ ਕਾਰਡਸ ਮੈਂ ਯੂਜ਼ ਕਰ ਰਹੇ ਆ ਭਾਜੀ ਇਹ ਮੈਂ ਕੋਸਕੋ ਤੋਂ ਬਾਇਰ ਕੀਤੇ ਤੇ ਇਹਦੇ ਵਿੱਚ 9 ਪੈਕਸ ਦਾ ਇੱਕ ਕਾਰਡ ਆਉਂਦਾ ਐਂਡ ਥ ਜਿਹੜੀ ਉਹ ਬੁੱਕ ਮੈਂ ਬਾਏ ਕੀਤੀ ਸੀਗੀ ਉਹ ਵੀ ਕੋਈ ਮੈਂ ਰੈਂਡਮ ਬੁੱਕ ਬਾਏ ਕੀਤੀ ਸੀ ਆਈ ਰੈਡ ਇਟ ਲਾਈਕ ਹਾਫ ਵੇ ਥਰੂ ਓਕੇ ਪਰ ਦ অবਜੈਕਟਸ ਆ ਨੋਰਮਲ ਭਾਜੀ ਆ ਬਾਲਸ ਵਗੈਰਾ ਸਾਰਾ ਕੁਝ ਤੁਸੀਂ ਖੁਦ ਬਾਏ ਹਾਂਜੀ ਹਾਂਜੀ ਇਹ ਸਾਡੇ ਸਟੂਡੀਓ ਦਾ ਹੈ ਇਹਦੇ ਨਾਲ ਵੀ ਆਪਾਂ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤੈਨੂੰ ਮੈਸੇਜ ਸੋਹਣਾ ਫਰੇਮ ਲੱਗਣ ਵਾਸਤੇ ਰੱਖਿਆ ਇਥੇ ਪਰ ਨਹੀਂ ਨਹੀਂ ਪਰ ਮੇਰੇ ਐਕਚੁਅਲੀ ਨਾ ਮੈਨੂੰ ਜਦੋਂ ਤੁਸੀਂ ਰੀਅਲੀ ਕਿਸੇ ਆਰਟ ਵਿੱਚ ਕੁਝ ਜਾਣਦੇ ਹੋ ਨਾ ਤੁਹਾਨੂੰ ਹਰ ਚੀਜ਼ ਵਿੱਚ ਆਰਟ ਉਹ ਚੀਜ਼ ਨਜ਼ਰ ਆਉਂਦਾ ਫੋਰ ਐਗਜ਼ਾਮਪਲ ਜਦੋਂ ਮੈਂ ਐਟ ਦ ਪੁਆਇੰਟ ਐਂਟਰ ਕੀਤਾ ਵਾਸ ਲਾਈਕ ਯਾ ਮੈਨੂੰ ਦਿਸ ਇਜ਼ ਗੁੱਡ ਤਾਂ ਮੈਨੂੰ ਲੱਗ ਰਿਹਾ ਮੈਂ ਬਾਲਜ਼ ਨਾ ਲਾਈਕ ਇਹਦੇ ਨਾਲ ਵੀ ਕੋਈ ਇਫੈਕਟ ਬਣਾ ਸਕਦਾ ਸੋ ਆਈ ਹੈਵ ਨੈਵਰ ਡਨ ਇਟ ਪਰ ਯੂ نو ਵਟ ਮੇਰੇ ਦਿਮਾਗ 'ਚ ਇੱਕਦੋ ਆਈਡੀਆਜ਼ ਹੈਗੇ ਕਿਉਂ ਨਾ ਆਪਾਂ ਉਹ ਟਰਾਈ ਕਰੀ ਪਰ ਨੋਟ ਰਾਈਟ ਨਾ ਪ prediction 2 this okay. is something ਵੀ ਮੈਨੂੰ ਲੱਗਦਾ ਵੀ ਇਹਦੇ ਨਾਲ ਵੀ ਕੁਝ ਨਾ ਕੁਝ ਹੋਊਗਾ ਅਰ ਡੂ ਮਾਈ ਤੁਸੀਂ ਫੋਨ ਓਪਨ ਕਰ ਸਕਦੇ ਹੋ ਆਪਾਂ ਆਪਾਂ ਤੁਹਾਡੇ ਫੋਨ ਦੇ ਵਿੱਚ ਵੀਲ ਜਸ ਓਪਨ ਦਾ ਕੈਲਕੂਲੇਟਰ ਭਾਜੀ ਤਾਂ ਭਾਜੀ ਕੈਲਕੂਲੇਟਰ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਸੋ ਵੀਲ ਜਸ ਕਲੀਅਰ ਇਟ ਆਪ ਰਾਈਟ ਨਾ ਦੈਟਸ ਗ੍ਰੇਟ ਓਕੇ ਆਪਾਂ ਰੈਂਡਮਲੀ ਕੁਐਸਚਨਸ ਪੁੱਛਾਂਗੇ ਤੁਹਾਡੇ ਟੀਮ ਮੈਂਬਰਸ ਤੋਂ ਤੁਹਾਡੇ ਤੋਂ ਜਿਹੜੇ ਵੀ ਆਪਾਂ ਕੁਐਸਚਨਸ ਤੁਹਾਡੇ ਤੋਂ ਪੁੱਛਾਂਗੇ ਉਹ ਕੁਐਸਚਨਸ ਦਾ ਆਪਾਂ ਆਨਸਰ ਇੱਕ ਨੰਬਰਸ ਦੇ ਵਿੱਚ ਲਵਾਂਗੇ ਤੇ ਆਪਾਂ ਕੈਲਕੂਲੇਟਰ ਦੇ ਵਿੱਚ ਐਂਟਰ ਕਰੀ ਜਾਵਾਂਗੇ ਵੀ ਵਿਲ ਹਿਟ ਮਲਟੀਪਲਾਈ ਅਗੇਨ ਐਂਡ ਅਗੇਨ ਐਂਡ ਤੇ ਇੱਕ ਵੱਡਾ ਨੰਬਰ ਆ ਚੁੱਕਾ ਆਪਣੇ ਕੋਲ ਰਾਈਟ ਫਾਰ ਇਗਜ਼ਾਮਪਲ ਜੀਨੀਆ ਰਾਈਟ ਜੀਨੀਆ ਜੀਨਾ 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 ਨੇਮ ਅ ਨੰਬਰ ਫਰਮ 1 ਟੂ 100 50 50 50 ਸੋ ਭਾਜੀ ਮੇਕ ਸ਼ੋਰ ਮੈਂ ਐਂਟਰ ਉਹੀ ਕਰ ਰਿਹਾ ਹਾਂ 5 50 0 ਮਲਟੀਪਲਾਈ ਭਾਜੀ ਪਲੀਜ਼ ਨੇ ਹਾਂਜੀ ਜੀ ਭਾਜੀ ਨੇਮ ਅ ਨੰਬਰ ਫਰਮ 1 ਟੂ 1000 4 ਡਿਜੀਟ ਨੰਬਰ ਭਾਜੀ ਨਹੀਂ 3 ਡਿਜੀਟ ਨੰਬਰ

ਫਿਰ ਮਲਟੀਪਲਾਈ ਐਂਡ ਲਾਸਟ ਬਜੀ ਬਿਨਾ ਦੇਖੇ ਜਸਟ ਇੱਕ ਡਿਜੀਟ ਐਂਟਰ ਕਰਨ ਦੀ ਕੋਸ਼ਿਸ਼ ਕਰੋ ਬਟ ਟ੍ਰਾਈ ਟੂ ਲੁੱਕ ਵੀ ਤੁਸੀਂ ਨੰਬਰ ਐਂਟਰ ਕਰ ਰਹੇ ਹੋ ਓਕੇ ਐਂਡ ਐਂਟਰ ਇਟ ਤੇ ਫਿਰ ਤੋਂ ਇਕਵਲ ਟੂ ਤੇ ਕਲਿੱਕ ਕਰ ਦੋ ਹੁਣ ਦੇਖੋ ਇੱਕ ਵੱਡਾ ਨੰਬਰ ਹੈ ਜਿਹੜਾ ਤੁਸੀਂ ਸਾਰੇ ਨੇ ਕ੍ਰੀਏਟ ਕੀਤਾ ਥੇਰ ਇਜ਼ ਨੋ ਵੇ ਮੈਂ ਐਦਾਂ ਦਾ ਕੁਝ ਪਹਿਲਾਂ ਤੋਂ ਗੈਸ ਕਰ ਸਕਦਾ ਸੀ ਇਹ ਨੰਬਰ ਤੁਸੀਂ ਗ੍ਰੈਂਡਮਲੀ ਕ੍ਰੀਏਟ ਕੀਤਾ ਦਾ ਨੰਬਰ ਇਜ਼ 34112101 ਰਾਈਟ 34112101 ਭਾਜੀ ਨੰਬਰ ਐਟ ਦਾ ਪੁਆਇੰਟ ਜੇ ਆਪਾਂ ਦੇਖੀਏ ਇਟਸ ਐਕਚੁਅਲੀ so huge there is no way 34 lakh ਵੱਡਾ ਐਡਾ ਨੰਬਰ ਰਾਈਟ ਐਡਾ ਨੰਬਰ ਤੁਸੀਂ ਕ੍ਰੀਏਟ ਕੀਤਾ ਮੈਂ ਗੈਸ ਨਹੀਂ ਕਰ ਸਕਦਾ ਸੀ ਇਹ ਅਸਲ ਚ ਇਹ ਬਣਦਾ ਆ ਇਹ 3 ਕਰੋੜ 41 ਲੱਖ 12101 ਯੂਰ ਗੁੱਡ ਵਿਦ ਮੈਥਸ ਭਾਜੀ ਸੋ ਮੈਂ ਕੀ ਕਰਦਾ ਭਾਜੀ ਮੈਂ ਇਹਨੂੰ ਖੋਲੂਗਾ ਨਹੀਂ ਇਸ ਵਾਰੀ ਮੈਂ ਤੁਹਾਨੂੰ ਚੱਕ ਕੇ ਫੜਾਉਂਗਾ ਤਾਂ ਕਿ ਲੋਕਾਂ ਨੂੰ ਆਇਨਾ ਲੱਗੇ ਮੈਂ ਇਹ ਚ ਕੋਈ ਲੋਡ ਕੀਤਾ ਹੈ ਆਈ ਵਾਂਟ ਯੂ ਟੂ ਓਪਨ ਇਟ ਅਪ ਭਾਜੀ ਇਹਨੂੰ ਤੁਸੀਂ ਕੋਨੇ ਤੋਂ ਟੀਅਰ ਕਰਕੇ ਵੀ ਓਪਨ ਕਰ ਸਕਦੇ ਹੋ ਉਹ ਨੰਬਰ ਇੱਕ ਰੈਂਡਮਲੀ ਜਿਹੜਾ ਇਹ ਤੁਸੀਂ ਸਾਰਿਆਂ ਨੇ ਕ੍ਰੀਏਟ ਕੀਤਾ ਹੈ ਬਾਏ ਮਲਟੀਪਲਾਈਂਗ ਇਟ ਵਟ ਏਵਰ ਯੂ ਲਾਈਕ ਉਹਦੇ ਵਿੱਚ ਆਲਰੇਡੀ ਮੈਂ ਇੱਕ ਪ੍ਰੈਡਿਕਸ਼ਨ ਲੈ ਕੇ ਲਿਖੀ ਹੋਈ ਸੀ ਓਪਨ ਇਟ ਅੱਪਾ ਜੀ ਐਂਡ ਯੂ ਕੈਨ ਗਿਵ ਮੀ ਦ ਪ੍ਰੈਡਿਕਸ਼ਨ ਆਈ ਕੈਨ ਓਪਨ ਇਟ ਅਪ ਫॉर ਯੂ ਗਾਇਸ ਓਕੇ ਠੀਕ ਹੈ ਮੈਂ ਇਹ ਤੁਹਾਨੂੰ ਦੇ ਦਾਂ ਮੈਂ ਦੇ ਦੋ ਠੀਕ ਹੈ ਆਈ ਵਿਲ ਜਸ ਓਪਨ ਇਟ ਅਪ ਭਾਜੀ ਜਿਹੜੀ ਪ੍ਰੈਡਿਕਸ਼ਨ ਮੈਂ ਇੱਥੇ ਲਿਖੀ ਸੀ ਦੈਟ ਇਜ਼ ਐਕਚੁਅਲੀ 34112101 ਐਗਜੈਕਟਲੀ ਭਾਜੀ ਦ ਨੰਬਰਸ ਵਿਚ ਯੂ ਗਾਇਸ ਸਿਲੈਕਟਡ 34112101 ਪਰ ਪਰ द थिंग इज द थिंग इज ਤੁਨੂੰ ਐਦਾ ਲੱਗ ਰਿਹਾ ਰਾਈਟ ਨਾਓ ਵੀ ਇਹ ਨੰਬਰਸ ਤੁਸੀਂ ਰੈਂਡਮਲੀ ਸਿਲੈਕਟ ਕੀਤੇ ਵਾਟ ਇਫ ਆਈ ਟੈਲ ਯੂ ਦੈਟ ਆਈ ਸਮ ਹਾਉ ਇਨਫਲੂਐਂਸਡ ਯੂ ਗਾਇਸ ਟੂ ਐਕਸਕਿਊਜ਼ ਦ ਐਗਜ਼ੈਕਟ ਨੰਬਰਸ 34112101 ਮੈਂ ਚਾਹੁੰਦਾ ਸੀ ਇਹ ਐਗਜ਼ੈਕਟ ਨੰਬਰਸ ਆਉਣ ਤੇ ਇਹੀ ਆਇਆ ਬਿਕਾਜ਼ ਭਾਜੀ ਦਿਸ ਇਸ ਨਾਟ ਅ ਨੰਬਰ ਇਫ ਯੂ ਟਰਨ ਇਟ ਅਪਸਾਈਡ ਡਾਊਨ ਇਟਸ ਐਕਚੁਅਲੀ ਪ ਰ ਆਈ ਐਮ ਪ੍ਰਾਈਮ 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 ਵੇਸ਼ੀਆ ਮਾਈ ਗॉड ਮੈਂ ਵੀ ਦੇਖਾਂ ਹੋਇਸ ਇਸ ਪੋਸੀਬਲ ਇਹ ਕਿਦਾਂ ਹੋ ਸਕਦਾ ਭਾਜੀ ਇਦਾਂ ਤੁੰ ਕਰੋ ਤੇ ਇਹ ਮੈਂ ਤੁਹਾਨੂੰ ਦੇ ਰਿਹਾ ਇਹ ਪੇਪਰ ਤੁਸੀਂ ਰੱਖ ਸਕਦੇ ਹੋ ਭਾਜੀ ਕਮਾਲ ਹੋ ਗਿਆ ਤੇ ਆਹ ਤੇ ਸੱਚੀਓ ਕਮਾਲ ਹੋ ਗਿਆ ਬਸ ਇਦਾਂ ਕਰੋ ਤੇ ਉਹ ਨੰਬਰ ਇਦਾਂ ਕਰੋ ਤੇ ਪ੍ਰਾਈਮ ਆ ਗਿਆ ਯਾ ਹੁਣ ਹੁਣ ਲੈਟਸ ਟ੍ਰਾਈ ਦਸ ਲੈਟਸ ਟ੍ਰਾਈ ਦਸ ਫਰ ધ ਨੈਕਸਟ ਟ੍ਰੈਕ ਆਪਾਂ ਮੈਂ ਚਾਹਣਾ ਵੀ ਕੋਈ ਮੈਨੂੰ ਐਕਚੁਅਲੀ ਤੁਸੀਂ ਤੁਸੀਂ ਜੁਆਇਨ ਕਰ ਸਕਦੇ ਹੋ ਵੀ ਡੋਨਟ ਐਗਜ਼ੈਕਟਲੀ ਨੀਡ ਮਾਈਕਸ ਫॉर ਥਿਸ ਤਾਂ ਜੀ ਇੱਥੇ ਪਰ ਮੈਨੂੰ ਦੋ ਲੋਕ ਤੁਸੀਂ ਦੋਵੇਂ ਜੁਆਇਨ ਕਰ ਸਕਦੇ ਹੋ ਐਂਡ ਆਪ ਇੱਕ ਛੋਟੀ ਜੀ ਮੈਂ ਤੁਹਾਨੂੰ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਐਂਡ ਥਿਸ ਵਿਲ ਬੀ ਔਨ ਦ ਟੇਬਲ ਰਾਈਟ ਹੇਅਰ ਸੋ ਆਪਾਂ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਟਸ ਵੈਰੀ ਸਿੰਪਲ ਇਟਸ ਵੈਰੀ ਸਿੰਪਲ ਜਿਵੇਂ ਲੋਕ ਕਹਿੰਦੇ ਆ ਵੀ ਯੂ نو ਵਾਟ ਮੈਜਿਕ ਜੋ ਵੀ ਕਰਦੇ ਆ ਉਹ ਨਾਰਮਲੀ ਜੂਆ ਖੇਡਦੇ ਆ ਸਮਥਿੰਗ ਲਾਈਕ 댓 ਸੋ ਮੈਂ ਸੋਚਿਆ ਕਿਉਂ ਨਾ ਮੈਂ ਇੱਕ ਮੈਜਿਕ ਦਾ ਐਕਟ ਬਣਾਵਾਂ ਜੂਏ ਦੇ ਉੱਤੇ ਹੀ ਫਾਰ ਇਗਜ਼ੈਂਪਲ ਲੁੱਕ ਐਟ ਦਸ ਮੇਰੇ ਕੋਲ ਇੱਥੇ ਦੋ ਟੂਜ਼ ਨੇ ਤੇ ਮੇਰੇ ਕੋਲ ਇੱਥੇ ਇੱਕ ਕੁਈਨ ਹੈ ਇਟਸ ਕਾਲਡ ਫਾਈਂਡ ਦ ਲੇਡੀ ਤੁਸੀਂ ਕੁਈਨ ਨੂੰ ਫਾਈਂਡ ਆਊਟ ਕਰਨਾ ਵੀ ਕੁਈਨ ਹੈਗੀ ਕਿੱਥੇ ਮੈਂ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜਾ ਵੀ ਜਵਾਰੀ ਹੁੰਦਾ ਉਹ ਹਮੇਸ਼ਾ ਤੁਹਾਨੂੰ ਕੀ ਕਰੂਗਾ ਇੱਕ ਕਾਰਡ ਨੂੰ ਫੇਸ ਡਾਊਨ ਕਰੂਗਾ ਪਹਿਲਾਂ ਤੁਹਾਨੂੰ ਇਹਨਾ ਈਜ਼ੀ ਦੇਊਗਾ ਤੁਸੀਂ ਜਿੱਤੋਗੇ ਪਰ ਉਹ ਤੁਹਾਨੂੰ ਇੱਕ ਹਿਸਾਬ ਦਾ ਮਨ ਲ ਬੇਟ ਪਾਰਿਆ ਹੁੰਦਾ ਵੀ ਤੁਸੀਂ ਆਓ ਮੇਰੇ ਕੋਲ ਹੋਰ ਪੈਸਾ ਲਾਓ ਰਾਈਟ ਵੇਅਰ ਇਜ਼ ਦ ਕੁਈਨ ਰਾਈਟ ਦ ਇੱਥੇ ਹੋਣੀ ਚਾਹੀਦੀ। ਪਹਿਲੀ ਵਾਰ ਤੁਸੀਂ ਪੈਸਾ ਲਾਉਂਗੇ ਤੁਸੀਂ ਜਿੱਤੋਗੇ ਯੂ ਵਿਲ ਬੀ ਲਾਈਕ ਵਾਓ। ਰਾਈਟ? ਫਿਰ ਮੈਂ ਕੀ ਕਰਦਾ ਮੈਂ ਇੱਕ ਹੋਰ ਕਾਰਡ ਨੂੰ ਚੱਕਦਾ ਐਂਡ देयर इज अ 2 ਐਂਡ ਅ ਕੁਇਨ ਰਾਈਟ देयर ਰਾਈਟ? ਮੈਂ ਕੀ ਕਰਦਾ ਮੈਂ ਕੁਇਨ ਨੂੰ ਚੱਕਦਾ ਮੈਂ ਇੱਥੇ ਰੱਖ ਦਿੰਦਾ ਨਾ ਵੇਅਰ ਇਜ਼ ਦ ਕੁਇਨ? ਹਾਂ ਅਹੀ ਹੋਈ। ਰਾਈਟ देयर ਦੂਜੀ ਵਾਰ ਵੀ ਤੁਸੀਂ ਜਿੱਤੋਗੇ। ਤੀਜੀ ਵਾਰ ਨਹੀਂ ਤੁਸੀਂ ਹਾਰੋਗੇ। ਲੁੱਕ ਐਟ ਦਿਸ। ਮੈਂ ਕੀ ਕਰਦਾ I'll take this 2 ਆ ਜਿਹੜਾ 2 ਹੈਗਾ ਨਾ ਦਿਸ ਇਜ਼ ਟੂ ਐਕਚੁਅਲੀ ਕਨਫਿਊਜ਼ ਯੂ। ਸੋ ਫਾਰ ਐਗਜ਼ਾਮਪਲ ਜੇ ਮੈਂ 2 ਨੂੰ ਚੱਕਦਾ ਤੇ ਕੁਇਨ ਨੂੰ ਚੱਕਦਾ ਐਂਡ ਮੈਂ ਕੁਇਨ ਨੂੰ ਇੱ

there is no confusion be queen kithhe hogi because main thona puchunga queen kithhe hai te tusi jeet joge ta main fir bhi kyunki tusi do wari haar gaye right okay. main chauna ve tusi fir to ek wari jeetho okay. so main thonu to simple question puchunga puch where is the queen and you will be like the queen is in the pocket exactly it's in my hand and meri pocket de vich right nao jehdi ithhe 2 hai gi hai main onu bahar kadh laan so ਇਵਨ ਬੈਟਰ ਇਵਨ ਬੈਟਰ ਧਿਆਨ ਨਾਲ ਦੇਖੋ ਮੈਂ ਕੁਈਨ ਨੂੰ ਚੱਕਦਾ ਮੈਂ ਕੁਈਨ ਨੂੰ ਫੜ ਕੇ ਇੱਥੇ ਰੱਖ ਦਿੰਦਾ ਸੋ ਇਫ ਵੀ ਹੈਵ ਟੂ ਹੁਣ ਨਾਰਮਲੀ ਲੋਕਾਂ ਨੂੰ ਪਤਾ ਕੀ ਲੱਗਦਾ ਮੈਂ ਕੀ ਕਰਦਾ ਮੈਂ ਐਟ ਦੀ ਐਂਡ ਸਮ ਹਾਉ ਉਹ ਕੁਈਨ ਨੂੰ ਸਵਿਚ ਕਰ ਦਿੰਦਾ ਜਦੋਂ ਤੁਸੀਂ ਮੈਨੂੰ ਆਨਸਰ ਦਿੰਦੇ ਹੋ ਰਾਈਟ ਵਾਟ ਇਫ ਜੇ ਮੈਂ ਉਹਨੂੰ ਕੁਈਨ ਨੂੰ ਟੱਚ ਹੀ ਨਾ ਕਰਾਂ ਸੋ ਟੂ ਟੂਜ਼ ਆਰ ਰਾਈਟ देयर ਵਨ ਕਾਰਡ ਇਜ਼ ਆਈ देयर ਇਟਸ ਵੈਰੀ ਸਿੰਪਲ ਪਰ ਵੇਅਰ ਇਜ਼ ਦ ਕੁਈਨ ਟਰਨ ਇਟ ਅਪਸਾਈਡ ਡਾਊਨ ਲਾਸਟ ਟਾਈਮ ਤੁਸੀਂ ਐਕਚੁਅਲੀ ਸਹੀ ਸੀਗੇ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਨਾ ਵੀ ਯੂ نو ਵਾਟ ਵੀ ਕੁਈਨ ਐਕਚੁਅਲੀ ਮੇਰੀ ਜੇਬ ਚ ਹੈ ਉਦੋਂ ਤੁਸੀਂ ਸਹੀ ਸੀ ਪਰ ਇਟਸ ਓਕੇ ਨੋ ਪ੍ਰੋਬਲਮ ਥੈਂਕ ਯੂ Let's try this way this way this way sleeves up yeah. i'll take this queen i'll place it right there te main dooje karnode jeich pa lana pa ji okay this is tricky this is tricky where is the queen pa ji try to guess it. try to guess it. where is the queen pa ji i'm sure i'm sure unni vatti fe je ye mere sure? naal nahi sehmat hai ge bolo bolo chuke yeah i mean uh, that's okay. yeah, I mean, uh, to that are you sure tusi sahi ho dekho you know why yeah. because main chauna vi tusi sahi ho for example je ek queen vele tusi sahi ho yeah. ਜੇ ਜੈ ਐਟ ਦ ਪੁਆਇੰਟ ਮੈਂ ਸਨੈਪ ਕਰਦਾ ਆਈਲ ਗਿਵ ਯੂ 2 ਕੁਇਨਸ ਸੋ ਥੈਟ ਯੂ ਕੈਨ ਵਿਨ 66 ਪਿੰਸ ਔਰ ਈਵਨ ਬੈਟਰ ਜੇ ਤੁਸੀਂ ਰੀਅਲੀ ਇੱਕ ਮੈਜਿਸਟ੍ਰ ਹੁਣ ਪਾਕਟ ਚ ਕੀ ਆ ਹੁਣ ਪਾਕਟ ਚ ਕੀ ਰਹਿ ਗਿਆ ਰੁਕੋ 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 ਆਈਲ ਗਿਵ ਯੂ 3 ਕੁਇਨਸ ਐਂਡ ਯੂ ਕੈਨ ਨਾਟ ਲੂਜ਼ ਰਾਈਟ ਨਾਉ ਥੈਂਕ ਯੂ ਗਾਇਸ ਫॉर ਜੁਆਇਨਿੰਗ ਥੈਂਕ ਯੂ ਗਾਇਸ 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 ਪਰ ਇਹ ਅੱਛਾ ਹੁਣ ਸਾਰਾ ਕੁਝ ਸਾਨੂੰ ਦਿਖਾਈ ਜਾਣਾ ਕਿ ਕੁਝ ਸਿਖਾਉਣਾ ਵੀ ਹੈ ਸਾਨੂੰ ਕੋਈ ਇੱਕ ਦੀ ਨਿੱਕੀ ਬੋਟੀ ਟ੍ਰ ਉਹਨਾਂ ਨੂੰ ਉਹਨਾਂ ਨੂੰ ਟ੍ਰਿਕ ਕਰ ਸਕਦੇ ਜਿਹੜੇ ਨਹੀਂ ਦੇਖ ਰਹੇ ਹੁਣ ਮੰਨ ਲਓ ਇੱਕ ਫੈਮਿਲੀ ਦੇ ਪੰਜ ਮੈਂਬਰ ਨੇ ਚਾਰ ਪ੍ਰੋਗਰਾਮ ਦੇਖ ਰਹੇ ਜਿਹੜਾ ਇੱਕ ਨਹੀਂ ਦੇਖ ਰਿਹਾ ਉਹਨੂੰ ਟ੍ਰਿਕ ਕਰਨੀ ਕੋਈ ਜਦਾਂ ਦੀ ਟ੍ਰਿਕ ਸਿਖਾਓ ਵੀ ਸਾਨੂੰ ਨਾਲ ਭਾਜੀ ਯੂ نو देयर इज ਅ ਫੇਮਸ ਥਿੰਗ ਅ ਗੁੱਡ ਮੈਜੀਸ਼ੀਅਨ ਨੈਵਰ ਰਿਵੀਲਸ ਦ ਸੀਕ੍ਰੈਟ ਨੈਵਰ ਨੈਵਰ ਰਿਵੀਲਸ ਦ ਸੀਕ੍ਰੈਟ ਪਰ ਮੇਂ ਛੋਟੀ ਟ੍ਰਿਕ ਹੈ ਪਰ ਮੇਂ ਵੱਡੀ ਹੈ ਆ ਇਹ ਇਹ ਬੇਸਿਕ ਇੱਕ ਹੁੰਦਾ ਨਾ ਮੈਜੀਸ਼ੀਅਨਸ ਕੋਡ ਹੁੰਦਾ ਵੀ ਜੇ ਤੁਸੀਂ ਇੱਕ ਚੰਗੇ ਮੈਜੀਸ਼ੀਅਨ ਹੈਗੇ ਹੋ ਨਾ ਤੁਸੀਂ ਕਦੇ ਬਿਕਾਜ਼ ਮੈਜਿਕ ਦਾ ਨਾ ਇੱਕ ਬੱਬਲ ਹੁੰਦਾ ਇੱਕ ਬੱਬਲ ਹੈਗਾ ਵੀ ਲਾਈਕ ਵੀ ਓਕੇ ਵੀ ਤੁਸੀਂ ਐਂਟਰਟੇਨ ਹੋ ਸਕਦੇ ਹੋ ਮੈਂ ਬੱਬਲ ਨੂੰ ਪਾਪ ਨਹੀਂ ਕਰਨਾ ਚਾਹੁੰਦਾ ਓਕੇ ਸੋ ਬੱਬਲ ਨੂੰ ਮਾ ਨੂੰ ਪਾਪ ਨਹੀਂ ਕਰਨਾ ਚਾਹੁੰਦਾ ਬਈ ਓ ਮਾਈ ਗਾਡ ਨਹੀਂ 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 ਉਹ ਚੀਜ਼ ਨਹੀਂ ਸੋ ਲੈਟ them enjoy ਇਹ ਤੇ ਸੀਗੇ ਤੁਸੀਂ ਘਰੋਂ ਲੈ ਕੇ ਆਏ ਆਪਣੀਆਂ ਜਿਹੜੀਆਂ ਚੀਜ਼ਾਂ ਬਿਲਕੁਲ ਠੀਕ ਹੈ ਨਾ ਇਹ ਮਤਲਬ ਕਮਾਲ ਦੀਆਂ ਪ੍ਰੈਡਿਕਸ਼ਨ ਸੀਗੀਆਂ ਇਹਨਾਂ ਨੇ ਅਜੇ ਤੱਕ ਤੇ ਮਤਲਬ ਇਧਰੋਂ ਦਿਮਾਗ ਹੀ ਨਹੀਂ ਹਟਿਆ ਹੁਣ ਕੁਝ ਤਾਂ ਉਹਨੂੰ ਆਪਾਂ ਦਿੰਨੇ ਆ ਤੁਸੀਂ ਕੀ ਉਹਨਾਂ ਨਾਲ ਵੀ ਕੁਝ ਕਰ ਸਕਦੇ ਹੋ ਮੈਂ ਤੁਹਾਡੇ ਉਹਨਾਂ ਨਾਲ ਵੀ ਕਰ ਸਕਦਾ ਪਰ ਰੈਦਰ ਥੈਨ ਤੁਹਾਡੀ ਬਾਲਸ ਤੁਹਾਡੀਆਂ ਜਿਹੜੀ ਆ ਇੱਥੇ ਸਾਰੀ ਪਈ ਨੇ ਰਾਈਟ ਇਸ ਟੇਬਲ ਸਾਡਾ ਲੈਟਸ ਸਵਾਇਸ ਦਸ ਸਵਾਇਸ ਦਸ ਓ ਟੋਟਲੀ ਡਿਫਰੈਂਟ ਵਾਟ ਵੀ ਆਰ ਗੋਇੰਗ ਟੂ ਡੂ ਇਸ ਮੈਂ ਚਾਹਨਾ ਵੀ ਤੁਸੀਂ ਕੋਈ ਵੀ ਇੱਕ ਕਾਰਡ ਨੂੰ ਰੈਂਡਮਲੀ ਸਿਲੈਕਟ ਕਰੋ ਐਂਡ ਜਿਹੜੇ ਵੀ ਕਾਰਡ ਨੂੰ ਤੁਸੀਂ ਸਿਲੈਕਟ ਕਰੋਗੇ ਨਾ ਉਹ ਐਕਚੁਅਲੀ ਟਰਾਈ ਟੂ ਡੂ ਸਮਥਿੰਗ ਵਿਦ ਥੈਟ ਸੋ ਫਾਰ ਐਗਜ਼ਾਮਪਲ ਟੇਕ ਅ ਕਾਰਡ ਆਊਟ ਆਫ ਇਟਸ ਓਕੇ ਯੂ ਕੈਨ ਸ਼ੋ ਇਟ ਟੂ ਏਵਰੀਬਾਡੀ ਮੈਂ ਵੀ ਦੇਖ ਸਕਦਾ ਓਕੇ ਤੁਸੀਂ ਵੀ ਦੇਖ ਸਕਦੇ ਹੋ ਮੈਂ ਵੀ ਦੇਖ ਸਕਦਾ ਡਸਨਟ ਮੈਟਰ ਸੋ ਦਾ ਕਾਰਡ ਇਜ਼ ਅ ਕੁਈਨ ਆਫ ਹਾਰਟਸ ਰਾਈਟ ਕੁਈਨ ਆਫ ਹਾਰਟਸ ਤੁਸੀਂ ਕੋਈ ਵੀ ਪਾਂਦੀ ਬਿਗੀ ਪਾਂਦੀ ਤੁਸੀਂ ਕੋਈ ਵੀ ਕਾਰਡ ਚੂਸ ਕਰ ਸਕਦੇ ਸੀ ਬਟ ਇਵੈਂਚੁਅਲੀ ਯੂ ਚੂਸ ਦਾ ਕੁਈਨ ਆਫ ਹਾਰਟਸ ਰਾਈਟ ਕੁਈਨ ਆਫ ਹਾਰਟਸ ਦੈਟਸ ਵਾਈ ਦੈਸ ਮੈਂ ਕੀ ਕਰਦਾ ਮੈਂ ਕੁਈਨ ਨੂੰ ਰੱਖਦਾ ਇਥੇ ਫੇਸ ਡਾਊਨ ਐਂਡ ਆਪਾਂ ਇਹਦੇ ਵਿੱਚ ਕੋਈ ਮਰਜ਼ੀ ਇੱਕ ਬੰਡ ਨੂੰ ਚੂਸ ਕਰਦੇ ਹਾਂ ਭਾਜੀ ਟੈਲ ਮੀ ਟੂ ਸਟਾਪ ਇਨ ਅਵੇ ਲਾਈਕ ਸਟਾਪ ਟਰਾਈ ਦ ওকে ਆਲ ਜਸਟ ਗੋ ਇਨਸਾਈਡ ਮੇਰੀ ਪਹਿਲਾਂ 5 ਨੇ ਟੱਚ ਹੋ ਰਹੀ ਹੈ ਆਪਾਂ 5 ਨੇ ਲੱਗਣਾ ਹੈ ਠੀਕ ਹੈ ਤਾਂ ਦੇਖੋ ਆਲ ਟੇਕ ਦ ਫਾਈਲ ਭਾਜੀ ਆਈ ਵਿਲ ਰੋਲ ਇਟ ਓਵਰ ਦ ਕਾਰਡ ਜਸਟ ਲਾਈਕ ਦਸ ਡਿਡ ਯੂ ਫੈਲ ਸਮਥਿੰਗ ਦ ਕੁਇਨ ਐਕਚੁਅਲੀ ਟਰਨ ਟੂ ਐ ਫਾਈਵ ਭਾਜੀ ਦਿਸ ਆ ਦੇ ਕਮਾਲ ਆ ਰਹਾ ਦਿਸ ਇਜ਼ ਕ੍ਰੇਜ਼ੀ ਵਾਓ ਭਾਜੀ ਇਵਨ ਬੈਟਰ ਇਵਨ ਬੈਟਰ ਦਸ ਟਰਾਈ ਦਸ ਆ ਪਾਣੀ ਲਿਆ ਦਿਓ ਮੈਨੂੰ ਕੋਈ ਪਾਣੀ ਲਿਆ ਦਿਓ ਪਾਣੀ ਲਿਆ ਦਿਓ ਭਾਜੀ ਲੈਟਸ ਟਰਾਈ ਦਿਸ ਅਗੇਨ ਲੈਟਸ ਲੈਟਸ ਟਰਾਈ ਦਿਸ ਅਗੇਨ ਫਾਈਵ ਆਫ ਹਾਰਟਸ ਠੀਕ ਹੈ ਮੈਂ ਫਾਈਵ ਆਫ ਹਾਰਟਸ ਨੂੰ ਬਹੁਤ ਹੀ ਸਲੋਲੀ ਚੱਕ ਕੇ ਇਦਾਂ ਥੱਲੇ ਰੱਖਦਾ ਐਂਡ ਦਿਸ ਟਾਈਮ ਆ ਵਿਲ ਚੂਜ਼ ਚੂਜ਼ ਵਨ ਸੋ ਮੈਨੂੰ ਐਟ ਦਾ ਪੁਆਇੰਟ ਸਭ ਤੋਂ ਜ਼ਿਆਦਾ ਡਰ ਲੱਗਦਾ ਹੁੰਦਾ 8 ਬਾਲ ਤੋਂ 8 ਬਾਲ ਤੋਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਰਾਈਟ ਸੋ ਆਲ ਟੇਕ ਦਾ 8 ਬਾਲ ਲੁੱਕ ਆਲ ਰੋਲ ਇਟ ਓਵਰ ਟਰਨ ਓਵਰ ਦਾ ਕਾਰਡ ਪਰ ਨਹੀਂ ਮੈਂ ਨਹੀਂ ਕਰਨਾ ਮੈਂ ਟਰਨ ਇਟ ਓਵਰ ਐਂਡ ਦਿਸ ਇਜ਼ ਨਾਊ ਦਾ 8

ਪਰੀ ਇਦਾਂ ਦੇ ਤੁਹਾਡੇ ਨਾਲ ਕੋਈ ਖੇਡ ਨਹੀਂ ਸਕਦਾ ਭਾਜੀ ਮੈਂ ਮੈਂ ਕੈਸੀਨੋ ਚ ਬੈਨ ਆ। ਅੱਛਾ। ਦੈਟਸ ਫਾਰ ਅ ਰੀਜ਼ਨ ਭਾਜੀ ਦੈਟਸ ਫਾਰ ਅ ਰੀਜ਼ਨ। ਸੋ ਸੋ ਨਾਓ ਦਸ ਨਾਓ ਲੈਟਸ ਟ੍ਰਾਈ ਦਸ। ਪਰੀਆ ਵੀ ਵਿਕੇ ਤੇ ਮੇਰਾ ਗਾਲਾ ਸੁੱਕਾਂ ਲੱਗ ਗਿਆ। ਮਤਲਬ ਬਈ ਇਹ ਇਹ ਹੋਸ਼ ੜਾਉਣ ਵਾਲੀਆਂ ਚੀਜ਼ਾਂ ਨੇ ਵਾਕਿਆ ਕਮਾਲ। ਮਤਲਬ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ। ਇਹ ਇਹ ਬਹੁਤ ਕੁਛ ਟੀਵੀ ਤੇ ਦੇਖਿਆ ਸੀਗਾ। ਅੱਖੀਂ ਪਹਿਲੀ ਵਾਰੀ ਦੇਖਿਆ। ਤੇ ਉਹ ਬੰਦਾ ਸੋਈਦਾ ਵੀ ਇਦਾਂ ਹੋ ਵੀ ਸਕਦਾ ਟੀਵੀ ਦੇ ਤੇ ਦੇਖ ਕੇ ਇਦਾਂ ਹੀ ਮੋਸਟਲੀ ਲੱਗਦਾ ਹੁੰਦਾ ਵੀ ਇਹ ਕੁਛ ਨਾ ਮਤਲਬ ਚੈਨਲ ਹੀ ਸਾਰਾ ਕੁਝ ਕਰ ਰਿਹਾ ਆ ਉਹਦੀ ਇਸ ਚੀਜ਼ ਵਾਸਤੇ ਸਕ੍ਰਿਪਟਡ ਹੈ ਸਮਹਾਉ ਤਾਂ ਇਹੀ ਚੀਜ਼ ਮੈਂ ਲੋਕਾਂ ਨੂੰ ਦਿਖਾਉਣਾ ਚਾਹਣਾ ਵੀ ਅਨਟਿਲ ਅਨਲੈਸ ਯੂ ਸੀ ਇਟ ਇਨ ਫਰੰਟ ਆਫ ਯਰ ਆਈਜ਼ ਯੂ ਡੋਨਟ ਅੰਡਰਸਟੈਂਡ ਯਨੀਦਰ ਲੋਕਾਂ ਨੂੰ ਕਈ ਨੂੰ ਇਦਾਂ ਲੱਗਦਾ ਵੀ ਯੂ نو ਵਟ ਸਾਡੇ ਸਾਹਮਣੇ ਆਊਗਾ ਤਾਂ ਅਸੀਂ ਫੜ ਲਾਂਗੇ ਸਮਥਿੰਗ ਲਾਈਕ ਦੈਟ ਬਟ ਯੂ نو ਵਟ ਇਹੀ ਸੋਚ ਮੈਂ ਚੇਂਜ ਕਰਨਾ ਚਾਹਣਾ ਓਕੇ ਤੁਸੀਂ ਫੜਨ ਦੇ ਲਈ ਨਾ ਦੇਖੋ ਤੁਸੀਂ ਐਂਟਰੇਨ ਹੋਣ ਦੇ ਲਈ ਨਾ ਦੇਖੋ ਕਿਉਂਕਿ ਜੇ ਤੁਸੀਂ ਮੈਨੂੰ ਫੜ ਲੈਨੇ ਹੋ ਟ੍ਰਿਕ ਕਰਦੇ ਹੋਏ ਵੀ ਤੁਸੀਂ ਮੇਰੇ ਹੱਥਾਂ ਨੂੰ ਕਿਤੇ ਕੁਝ ਕਰਤਾ ਮੇਰੇ ਹੱਥ ਚ ਸਾਰੇ ਕਾਰਡਸ ਖੋ ਲਈ ਸਮ ਹਾਉ ਯੂ ਰੂਨਡ ਦਿ ਟ੍ਰਿਕ ਮੈਂ ਨਹੀਂ ਫੇਲ ਹੋ ਰਿਹਾ ਆਪਾਂ ਦੋਵੇਂ ਫੇਲ ਹੋ ਰਹੇ ਹਾਂ ਮੈਂ ਫੇਲ ਹੋ ਰਿਹਾ ਟ੍ਰਿਕ ਕਰਨ ਦੇ ਵਿੱਚ ਤੁਸੀਂ ਫੇਲ ਹੋਗੇ ਐਂਟਰਟੇਨ ਹੋਣ ਦੇ ਵਿੱਚ ਸੋ ਮਜ਼ੇ ਲਾਓ ਚੀਜ਼ ਵੀ ਆਰ ਇਨ ਦਿ ਸੇਮ ਟੀਮ ਅਸੀਂ ਸੇਮ ਟੀਮ ਦੇ ਵਿੱਚ ਆ ਮੈਂ ਇੱਕ ਟ੍ਰਿਕ ਜਦੋਂ ਕੰਪਲੀਟ ਹੁੰਦੀ ਹੈ ਵੀ ਬੋਥ ਵਨ ਪੀਪਲ ਸਮ ਹਾਉ ਦੇ ਥਿੰਕ ਦੀ ਜਦੋਂ ਮੇਰੀ ਟ੍ਰਿਕ ਪੂਰੀ ਹੋ ਜਾਂਦੀ ਹੈ ਦੇ ਗਾਟ ਫੂਲਡ ਉਹਨਾਂ ਦੀ ਕਿਸੇ ਨੂੰ ਬੇਇਜ਼ਤੀ ਹੋ ਗਈ ਹਾ ਥੈਡ ਮੈਂ ਮਿਹਨਤ ਕੀਤੀ ਆ 10 ਸਾਲ 11 ਸਾਲ ਤਾਂ ਕਿ ਮੈਂ ਇਹ ਟ੍ਰਿਕਸ ਨੂੰ ਅਕੰਪਲਿਸ਼ ਕਰ ਸਕਾਂ ਸੋ ਯੂ نو ਵਟ ਇਫ ਦ ਟ੍ਰਿਕ ਇਜ਼ ਡਨ ਸਕਸੈਸਫੁਲੀ ਲੈਟਸ ਸੈਲੀਬ੍ਰੇਟ ਇਟ ਕਾਓ ਤੁਸੀਂ ਪਿਛਲੇ ਕਿੰਨੇ ਸਾਲਾਂ ਤੋਂ 10 11 ਸਾਲ ਤੋਂ ਪਾਜੀ ਮੈਨੂੰ ਹਾ অলਮੋਸਟ ਇਜ਼ ਡਿਸੰਬਰ ਚ ਮੇਨ 11 ਸਾਲ ਹੋ ਜਾਣਗੇ ਪਾਜੀ ਆਈ 스타ਟਡ ਵੈਨ ਆ ਵਾਸ 13 ਅ ਮੈਂ 13 ਸਾਲ ਦਾ ਸੀ ਮੈਂ స్టార్ਟ ਕੀਤਾ ਆਮ ਇਨ 24 11 ਸਾਲ ਸੁਣ ਕੇ ਤੁਸੀਂ ਐਨਾ ਸਮਝ ਗਏ ਬੜੀ ਆਈ ਐਮ 24 ਮੈਂ uh, 13 ਸਾਲ ਦਾ ਸੀ ਜਦੋਂ ਮੈਂ ਇਹ ਮੈਂ ਸਟਾਰਟ ਕੀਤਾ ਮੇਰੀ ਬੈਕ ਬੋਨ ਦੇ ਵਿੱਚ ਇੱਕ ਇਸ਼ੂ ਸੀਗਾ ਸੋ ਡਿਊ ਟੂ ਥੈਟ ਮਤਲਬ ਇੱਕ ਐਕਸੀਡੈਂਟ ਹੋਇਆ ਸੀ ਮੇਰਾ ਡਿਊ ਟੂ ਥੈਟ ਮਤਲਬ ਵੀ ਮੈਂ 5-6 ਮਹੀਨੇ ਬੈੱਡ ਰੈਸਟ ਤੇ ਸੀ ਹੁਣ ਜੇ ਬੈੱਡ ਰੈਸਟ ਤੇ ਸੀਗਾ ਮੈਂ ਤਾਂ ਮੈਨੂੰ ਪੜ੍ਹਾਈ ਦਾ ਸ਼ੌਂਕ ਬਿਲਕੁਲ ਵੀ ਨਹੀਂ ਸੀ ਮੈਂ ਸੋਚਿਆ ਵੀ ਕੰਮ ਕਰਦੇ ਆ ਮੈਜਿਕ ਦਾ ਮੈਨੂੰ ਛੋਟੇ ਉੰਦ ਤੋਂ ਸ਼ੌਂਕ ਆ ਜਦੋਂ ਮੈਂ 4 ਮਹੀਨੇ ਦਾ ਸੀ ਆ ਸਮਥਿੰਗ ਲਾਈਕ 댓 ਬਲ 4 ਸਾਲ ਦਾ ਸੀਗਾ ਸੋ ਮੈਂ ਮੈਜਿਸ਼ੀਅਨ ਦੀ ਵੀਡੀਓ ਨੂੰ ਰਿਕਾਰਡ ਕਰਨਾ ਮੈਂ ਸਲੋ ਕਰਕੇ ਦੇਖਣਾ ਵੀ ਕਰਦੇ ਕੀ ਆ ਵੀ ਕਰਦੇ ਕਿਦਾਂ ਤੇ ਮੈਨੂੰ ਮੈਨੂੰ ਬੇਫਕੂਫ ਕਿੱਥੇ ਬਣਾਇਆ ਨਾਲੇ ਹਾਲਾਂਕਿ ਫਿਰ ਮੈਂ ਕੀ ਕਰਦਾ ਹੁੰਦਾ ਸੀ ਵੀ ਉਹਨਾਂ ਦੀ ਨਾ ਟ੍ਰਿਕਸ ਨੂੰ ਉਹਨਾਂ ਦਾ ਐਗਜ਼ੈਕਟ ਮੈਥਡ ਨਹੀਂ ਮੈਨੂੰ ਪਤਾ ਹੁੰਦਾ ਸੀ ਪਰ ਮੈਂ ਰੈਪਲੀਕੇਟ ਕਰਨ ਦੀ ਕੋਸ਼ਿਸ਼ ਕਰਦਾ ਸੀ ਵੀ ਓਕੇ ਇਹਨੇ ਕਿਸੇ ਹਿਸਾਬ ਨਾਲ ਕੋਈ ਇੱਕ ਆਪਦੀ ਚੀਚੀ ਨੂੰ ਫੜਿਆ ਗਾਇਬ ਕਰਤਾ ਮੈਂ ਵੀ ਚਾਹਣਾ ਵੀ ਮੈਂ ਉਹਨੂੰ ਕਰਾਂ ਤਾਂ ਮੈਂ ਆਪਦੇ ਹਿਸਾਬ ਨਾਲ ਕਿਸੇ ਸਾਹਮਣੇ ਕਰਨਾ ਸ਼ੁਰੂ ਕੀਤਾ ਐਟ ਦੀ ਐਂਡ ਉਹ 4 ਮਹੀਨੇ 6 ਮਹੀਨੇ ਜਦੋਂ ਮੈਂ ਬੈੱਡ ਤੇ ਸੀਗਾ ਆਈ ਬਿਕਮ ਸੋ ਗੁੱਡ ਵੀ ਬਾਅਦ ਚ ਜਾ ਕੇ ਮੈਂ ਕੁਝ ਮੈਜਿਸ਼ੀਅਨਸ ਨਾਲ ਮਿਲਿਆ ਜਿਹੜੇ 6 6 ਸਾਲ ਦੇ ਮੈਜਿਸ਼ੀਅਨਸ ਸੀਗੇ ਕਰ ਰਹੇ ਸੀ ਚੀਚੇ ਚਾਲਦਾ ਮੈਜਿਕ ਐਂਡ ਆਈ ਵਾਸ ਬੈਟਰ ਦੈਨ ਦੈਮ ਇਨ 6 ਮੰਥਸ ਸੋ ਕਈ ਵਾਰੀ ਚਲੋ ਵਾਈਗਰੂ ਦੇ ਵੱਲੋਂ ਇੱਕ ਐਦਾਂ ਦੀ ਕੋਈ ਦਾਤ ਹੁੰਦੀ ਹੈ ਵੀ ਤੁਸੀਂ ਕੋਈ ਚੀਜ਼ ਛੇਤੀ ਸਿੱਖਦੇ ਹੋ ਫਾਰ ਐਗਜ਼ਾਮਪਲ ਕਈ ਬੰਦੇ ਐਥਲੈਟਿਕ ਹੁੰਦੇ ਆ ਉਹ ਉਹ ਐਥਲੀਟਸ ਉਦਾਂ ਹੀ ਬਹੁਤ ਜਲਦੀ ਬਣ ਜਾਂਦੇ ਤਾਂ ਮੇਰੇ ਲਈ ਮੈਜਿਕ ਸੀਗੀ ਇਦਾਂ ਦੀ ਚੀਜ਼ ਮੈਂ ਬਹੁਤ ਜਲਦੀ ਸਿੱਖ ਰਿਹਾ ਸੀ ਸੋ ਦੈਟਸ ਵਾਈ ਮੇਡ ਇਟ ਲਾਈਕ ਮਾਈ ਲਾਈਫ ਇਟਸ ਨੋਟ ਮਾਈ ਹਬੀ ਇਟਸ ਨੋਟ ਮਾਈ ਹਬੀ ਇਟਸ ਨੋਟ ਮਾਈ ਪਾਰਟ ਟਾਈਮ ਵਰਕ ਮੇਰੀ ਲਾਈਫ ਆਪਾ ਜੀ ਫੁੱਲ ਟਾਈਮ ਫੁੱਲ ਮੇਰੀ ਲਾਈਫ ਆਪਾ ਜੀ ਲਾਈਫ ਆਪਾ ਜੀ ਆਫਟਰ ਇਵਨ ਆਫਟਰ ਫੁੱਲ ਟਾਈਮ ਕਰਦੇ ਖੁਸ਼ ਨੇ ਕਰਦੇ ਪਹਿਲਾਂ ਖੁਸ਼ ਨਹੀਂ ਸੀ ਹਾਂ ਕਿ ਕਿ ਰਿਸ਼ਤੇਦਾਰ ਆ ਕੇ ਇਦਾਂ ਕਹਿ ਰਹੇ ਸੀ ਵੀ ਤੁਹਾਡਾ ਮੁੰਡਾ ਜਵੈਰੀ ਬੰਦੇ ਜਾ ਰਿਹਾ ਤੁਸੀਂ ਆਦੇ ਮੁੰਡੇ ਨੂੰ ਰੋਕੋ ਪਰ ਹਾਂ ਪਰ ਆਫਟਰਵਰਡਸ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਵੀ ਨਹੀਂ ਯਾਰ ਠੀਕ ਹੈ ਸ਼ੋਜ਼ ਵਗੈਰਾ ਵੀ ਕਰ ਰਿਹਾ ਇੰਡੀਆਜ਼ ਗੋ ਟੈਲੈਂਟ ਵਗੈਰਾ ਸਾਰੇ ਕਿਤੇ ਸ਼ੋਜ਼ ਵਗੈਰਾ ਹਾਂ ਤੁਸੀਂ ਉਹ ਬਹੁਤ ਵੱਡੇ ਵੱਡੇ ਸ਼ੋਜ਼ ਵੀ ਕੀਤੇ ਕਿਹੜੇ ਕਿਹੜੇ ਸ਼ੋਜ਼ ਤੋਂ ਹੁਣ ਤੱਕ ਆ ਗਏ ਸੀ ਆ ਇੰਡੀਆਜ਼ ਗੋ ਟੈਲੈਂਟ ਜੰਮੂਜ਼ ਗੋ ਟੈਲੈਂਟ ਕਲਰਸ ਆਫ ਹਿਊਮ ਇੱਕ ਹੋਰ ਸਰਪ੍ਰਾਈਜ਼ ਬਹੁਤ ਵੱਡਾ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਬਹੁਤ ਛੇਤੀ ਪ੍ਰਮੋਟ ਜੇ ਰਿਵੀਲਿੰਗ ਕਰੂੰਗਾ ਬਟ ਯਾ ਇਹ ਮੈਂ ਪਹਿਲਾਂ ਸ਼ੋਜ਼ ਵਿੱਚ ਪ ਕਰੀਅਰ ਨੂੰ ਲੈ ਕੇ ਮੈਂ ਐਕਚੁਅਲੀ ਵਨ ਆਫ ਦ ਬੈਸਟ ਮਜਿਸ਼ੀਅਨਸ ਬਣਾਣਾ ਚਾਹਣਾ ਜਿਹੜਾ ਅਜੇ ਤੱਕ ਕਿਤੇ ਵੀ ਕਿਆਵਾ ਸਾਡੀਆਂ ਸ਼ੁਭਿਸ਼ਾਵਾ ਬਹੁਤ ਸ਼ੁਭਿਸ਼ਾਵਾ ਭਾਜੀ ਸਾਡੇ ਪੂਰੀ ਟੀਮੀ ਸਾਡੇ ਟੀਵੀ ادارے ਵੱਲੋਂ ਤੁਹਾਨੂੰ ਹਿੱਟ ਸਾਰੀਆਂ ਸ਼ੁਭਕਾਮਨਾਵਾਂ ਤੇ ਤੁਸੀਂ ਹੁਣ ਪਿਛਲੇ ਦਿਨੀ ਬਹੁਤ ਸਾਰੇ ਸਟਾਰਸ ਦੇ ਨਾਲ ਬੜੇ ਤੁਹਾਡੀਆਂ ਹਨਾ ਜਿੱਤੋਂ ਬਹੁਤ ਇੱਕ ਵਾਰੀ ਫਿਰ ਤੋਂ ਚਰਚਾ ਦੇ ਵਿੱਚ ਗਿਆ ਸੋਸ਼ਲ ਮੀਡੀਆ ਤੁਸੀਂ ਕਾਫੀ ਐਕਟਿਵਲੀ ਯੂਜ਼ ਕਰਦੇ ਹੋ ਤੁਸੀਂ ਸਟ੍ਰੀਟਸ ਦੇ ਉੱਤੇ ਜਾ ਕੇ ਰੈਂਡਮਲੀ ਲੋਕਾਂ ਦੇ ਨਾਲ ਵੀ ਕਰਦੇ ਹੋ ਹਨਾ ਉਹਦਾ ਐਕਸਪੀਰੀਅੰਸ ਕਿਦਾਂ ਲਿੰਦਾ ਆਮ ਕੋਈ ਵੀ ਬੰਦਾ ਚੁਣ ਕੇ ਉਹਨੂੰ ਹੈਰਾਨ ਕਰਨਾ ਉਹਦੀ ਜ਼ਿੰਦਗੀ 'ਚ ਉਹ ਵਾਓ ਫੈਕਟਰ ਲੈ ਕੇ ਆਉਣਾ ਜਿਹੜਾ ਕਈ ਐਦੀ ਮਿਸਿੰਗ ਹੁੰਦਾ ਬਿਲਕੁਲ ਭਾਜੀ ਸੋ ਮੈਂ ਕੀ ਕਰਦਾ ਮੈਂ ਨਾਰਮਲੀ ਮਤਲਬ ਮੈਂ ਸ਼ੋਸ ਸਾਰੇ ਕੈਨੇਡਾ ਦੇ ਵਿੱਚ ਵੀ ਕਰਦਾ ਰਹਿਣਾ ਬਟ ਨਾਰਮਲੀ ਮਤਲਬ ਮੈਂ ਰਹਿਣਾ ਹੈਗਾ ਅ ਵਿੰਕੂਵਰ ਦੇ ਵਿੱਚ ਓਕੇ ਸੋ ਜੇ ਐਟ ਦਾ ਪੁਆਇੰਟ ਵਿੰਕੂਵਰ ਦੇ ਵਿੱਚ ਮੈਂ ਰਹਿਣਾ ਤਾਂ ਮੈਂ ਉੱਥੇ ਡਾਊਨਟਾਊਨ ਦੇ ਵਿੱਚ ਫਰਾਈਡੇ ਨਾਈਟਸ ਜਾਂ ਸੈਟਰਡੇ ਨਾਈਟਸ ਨੂੰ ਜਾਣਾ ਹੈ ਉੱਥੇ ਜੋ ਵੀ ਲੋਕ ਹੁੰਦੇ ਮੈਂ ਉਹਨਾਂ ਨਾਲ ਪਰਫਾਰਮ ਕਰਨ ਦੀ ਕੋਸ਼ਿਸ਼ ਕਰਦਾ ਤੇ ਆ ਯੂ نو ਮੈਨੂੰ ਲਾਈਕ ਐਸ ਪਰ ਫਾਈਨੈਂਸ਼ਲੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਮਤਲਬ ਵਾਈ ਉਹਦੇ ਇਨੀ ਮੇਰ ਆ ਵੀ ਮੈਂ ਸ਼ੂਜ਼ ਵਗੈਰਾ ਨਾਲ ਹੀ ਬਹੁਤ ਸਟੇਬਲ ਹਾਂ ਐਂਡ ਮੈਨੂੰ ਇਹਦੀ ਲੋੜ ਨਹੀਂ ਹੈਗੀ ਤਾਂ ਲੋਕ ਇਹ ਵੀ ਸੋਚਦੇ ਵੀ ਇਫ ਯੂ ਆ ਟੂ ਗੁੱਡ ਸੋ ਸਟ੍ਰੀਟਸ 'ਚ ਕਿਉਂ ਪਰਫਾਰਮ ਕਰਦਾ ਬਟ ਆਮ ਲਾਈਕ ਯਰ ਆਈ ਲਵ ਮੈਜਿਕ ਸੋ ਮੱਚ ਵੀ ਮੈਂ ਕਰੇ ਬ ਕੋਈ ਨੈਟਫਲਿਕਸ ਵਗੈਰਾ ਦੇਖਣ ਤੋਂ ਚੰਗਾ ਮੈਂ ਜਾਊਂਗਾ ਸਟ੍ਰੀਟਸ ਦੇ ਉੱਤੇ ਤੇ ਮੈਂ ਲੋਕਾਂ ਦੇ ਇਨਰਵਰਟ ਇੱਕ ਦਿਲ ਬਣਾਊਗਾ ਭਾਜੀ ਕਈ ਵਾਰੀ ਰਿਐਕਸ਼ਨਸ ਇਦਾਂ ਦੇ ਮਿਲਦੇ ਆ ਵੀ ਯੂ نو ਵਟ ਮੈਂ ਭੁੱਲ ਨਹੀਂ ਸਕਦਾ ਮੇਰੇ 10 ਸਾਲ ਪਹਿਲਾਂ ਦੀ ਰਿਐਕਸ਼ਨ ਕਈ ਇਦਾਂ ਦੇ ਮੈਨੂੰ ਯਾਦ ਹੈ ਮੈਨੂੰ 6-7 ਸਾਲ ਪਹਿਲਾਂ ਇੱਕ ਰਿਐਕਸ਼ਨ ਦਿੱਤਾ ਸੀਗਾ ਇੱਕ ਲੇਡੀ ਨੇ ਸ਼ੀ ਕ੍ਰਾਈਡ ਅ ਲੋਟ ਅੱਛਾ ਮੈਂ ਟ੍ਰਿਕਸ ਕੁਝ ਇਦਾਂ ਦੇ ਵੀ ਪੁੱਲ ਆਊਟ ਕੀਤੀਆਂ ਵੀ ਹੈ ਕਈ ਵਾਰੀ ਇੱਕ ਇੱਕ ਦੇਰ ਵਾਸ ਅ ਲੇਡੀ ਸ਼ੀ ਵਾਸ ਪ੍ਰੈਗਨੈਂਟ ਤੇ ਉਹਨਾਂ ਨੇ ਲਾਈਕ ਅਲਟਰਾਸਾਉਂਡ ਕਰਾਇਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਜ਼ ਇਟ ਅ ਮੇਲ অর ਫੀਮ They were like, and I want you to guess it. Okay. Now, I claim, not claim nothing like we, you know what uh, it's, it's uh, whatever it is. They were like, I want you to guess it. Okay. I'm like, okay. Husband pata si ga, lady nu si. I, okay. I wrote a small prediction that it's going to be a boy. Okay. I rolled it up once and twice. I lady nu Lady didn't open it. It was sixth month's se pregnancy the Unhe ninth okay. month they opened kita okay. After the baby was here, the baby was a boy, and she opened it, and it was a boy. Wow. So. आई आई लव डूइंग अ मैजिक एट अ लेवल ਜਿਹਦੇ ਵਿੱਚ ਸਾਹਮਣੇ ਵਾਲੇ ਬੰਦੇ ਉਹਨੂੰ ਲਾਈਫ ਭਰ ਨਾ ਭੁੱਲਣ ਮੈਨੂੰ ਐਦਾ ਲੱਗਦਾ ਵੀ ਜਦੋਂ ਉਹ ਬੱਚਾ ਕਿਤੇ 18 ਸਾਲ ਦਾ 19 ਸਾਲ ਦਾ ਹੋ ਵੀ ਜਾਊਗਾ ਨਾ ਉਹਦੀ ਮਦਰ ਨੇ ਉਹਨੂੰ ਕਹਿਣਾ ਯੂ نو देयर वाज अ देयर वाज अ ਮੈਜਿਸ਼ੀਅਨ ਅਨਮੂਰ ਹਾਂ ਤੋ ਉਹਨੇ ਆਹ ਟ੍ਰਿਕ ਪੁਲ ਆਊਟ ਕੀਤੀ ਸੀ ਆ ਵਾਂਟ दैट ਮੈਂ ਚਾਹੁੰਦਾ ਵੀ ਮੈਂ ਉਹਨੂੰ ਇੱਕ ਐਡਾ ਨੀ ਮੂਮੈਂਟ ਦੇਣਾ ਜਿਹੜਾ ਕੋਈ ਸਾਰੇ ਲਾਈਫ ਭੁੱਲ ਨਾ ਹੂੰ ਤੁਹਾਡੇ ਤੋਂ ਇੱਕੋ ਰਿਕਵੈਸਟ ਹੈ ਜੇ ਮੈਂ ਕਿਤੇ ਤੁਹਾਡੇ ਨਾਲ ਪਰਫਾਰਮ ਕਰ ਰਿਹਾ ਇਟਸ ਨਾਟ ਵੀ ਮੈਂ ਤੁਹਾਡੇ ਚ ਅੰਧਵਿਸ਼ਵਾਸ ਨੂੰ ਵਧਾਉਣਾ ਨਹੀਂ ਚਾਹੁੰਦਾ ਸਗੋਂ ਮੈਂ ਖਤਮ ਕਰ ਰਿਹਾ ਅੰਧਵਿਸ਼ਵਾਸ ਵਧਾ ਰਹੇ ਆ ਉਹ ਬਾਬੇ ਜਿਹੜੇ ਕੀ ਕਹਿੰਦੇ ਆ ਅਸੀਂ ਤੁਹਾਡੇ ਰੱਬ ਨਾਲ ਮੇਲ ਕਰਾ ਦਾਂਗੇ ਰਾਈਟ ਮੈਂ ਉਹਨਾਂ ਬਾਬਿਆਂ ਵਾਂਗੂ ਨਹੀਂ ਹੈਗਾ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਇੱਕ ਟ੍ਰਿਕਸਟਰ ਆ ਮੈਂ ਇੱਕ ਮੈਜੀਸ਼ੀਅਨ ਆ ਸੋ ਮੈਂ ਤੁਹਾਨੂੰ ਟ੍ਰਿਕ ਕਰੂੰਗਾ ਆਮ ਵਨ ਆਫ ਦ ਮੋਸਟ ਆਨਸਟ ਪਰਸਨ ਇਨ ਦ ਐਂਟਾਇਰ ਵਰਲਡ ਬਿਕਾਜ਼ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਟ੍ਰਿਕ ਕਰੂੰਗਾ ਤੇ ਮੈਂ ਤੁਹਾਨੂੰ ਟ੍ਰਿਕ ਕਰਦਾ ਮੈਂ ਤੁਹਾਨੂੰ ਇਦਾਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਕੋਈ ਸੱਚ ਦਾ ਪੁਜਾਰੀ ਬਣ ਕੇ ਮੈਂ ਤੁਹਾਨੂੰ ਕੁਝ ਨਾ ਕੁਝ ਦਿਖਾ ਰਿਹਾ ਐਂਡ ਮੈਂ ਇਹ ਚੀਜ਼ ਵੀ ਜ਼ਰੂਰ ਕਹਿਣਾ ਵੀ ਮੈਂ ਝੂਠ ਸਿਰਫ ਇਸ ਲਈ ਬੋਲਦਾ ਮੈਂ ਸਿਰਫ ਟ੍ਰਿਕ ਤੁਹਾਨੂੰ ਇਸ ਲਈ ਕਰ ਨਹੀਂ ਕੋਸ਼ਿਸ਼ ਕਰਦਾ ਤਾਂ ਕਿ ਮੈਂ ਤੁਹਾਡੇ ਮੂੰਹ ਤੇ ਇੱਕ ਸਮਾਈਲ ਲੈ ਆ ਸਕਾਂ। ਕੀ ਆ ਬਾਤ। ਅੱਛਾ ਜਰੂਰ ਤੁਹਾਡੇ ਕੋਈ ਯਾਰ ਦੋਸਤ ਜਾਂ ਪਰਿਵਾਰ ਚ ਹੁੰਦਾ ਆ ਉਦੋਂ ਵੀ ਤੁਸੀਂ ਬੈਠੇ ਬੰਦੇ ਦਾ ਹਿਸਾਬ ਲਾ ਲੈਂਦੇ ਹੋ ਵੀਰੇ ਦਿਮਾਗ ਚ ਕੀ ਚੱਲ ਰਿਹਾ ਪਿਆ। ਹਾਂਜੀ ਮੈਂ ਇਹ ਦੱਸ ਸਕਦਾ ਵੀ ਪਰਸਨ ਸੱਚ ਬੋਲ ਰਿਹਾ ਹੈ ਝੂਠ ਬੋਲ ਰਿਹਾ ਹੈ ਅੱਛਾ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਪਰ ਮੈਂ ਇਹ ਚੀਜ਼ ਨੂੰ ਮਤਲਬ ਵੀ ਉਦੋਂ ਨਹੀਂ ਯੂਜ਼ ਕਰਦਾ ਬਿਕੋਜ਼ ਮੈਂ ਚਾਹਨਾ ਸਾਹਮਣੇ ਵਾਲਾ ਬੰਦਾ ਕੰਫਰਟੇਬਲ ਵੀ ਹੋਵੇ ਫਾਰ ਐਗਜ਼ਾਮਪਲ ਜਿਵੇਂ ਅਸੀਂ ਘਰੇ ਆ ਹਨਾ ਅਸੀਂ ਸਾਰੇ ਫਰੈਂਡਸ ਬੈਠੇ ਆ ਸੋ ਦੇ ਵਰ ਲਾਈਕ ਚਲੋ ਆਪਾਂ ਕੋਈ ਨਾ ਕੋਈ ਨਾ ਤਾਸ਼ ਖੇਡਦੇ ਆ ਵੀ ਕੋਈ ਵੀ ਹਨਾ ਸਪੈਸੀਫਿਕ ਡੇ ਹੈਗਾ ਦੇ ਆਰ ਲਾਈਕ ਵੀ ਆਪਾਂ ਚਲੋ ਭਾਬੀ ਖੇਡਦੇ ਆ ਤੁਹਾਨੂੰ ਤੇ ਫੁੱਲ ਟਾਸ ਦੇਤੀ ਉਹਨਾਂ ਨੇ ਉਹਨਾਂ ਨੇ ਕਹਿਣਾ ਅਨਮੋਲ ਨੂੰ ਤਾਸ਼ ਨਹੀਂ ਵੰਡਣ ਦੇਣੀ ਕਿਉਂਕਿ ਜੇ ਅਨਮੋਲ ਅਨਮੋਲ ਡੀਲ ਕਰੂਗਾ ਬਸ ਦੈਟਸ ਇਟ ਫਿਰ ਤਾਂ ਕੋਈ ਨਹੀਂ ਜਿੱਤਦਾ ਬਟ ਉਹਨਾਂ ਨੂੰ ਇੰਨਾ ਭਰੋਸਾ ਜਿਹੜੇ ਮੇਰੇ ਫਰੈਂਡਸ ਹੈਗੇ ਆ ਵੀ ਅਨਮੋਲ ਜੇ ਮੈਜਿਕ ਕਰ ਰਿਹਾ ਥੈਟਸ ਅ ਡਿਫਰੈਂਟ ਪਰਸਨ ਜੇ ਉਹ ਸਾਡੇ ਨਾਲ ਕਰ ਰਿਹਾ ਥੈਟਸ ਅ ਡਿਫਰੈਂਟ ਪਰਸਨ ਕਿਉਂਕਿ ਜਦੋਂ ਮੈਂ ਐਥੀਕਲ ਆ ਇਨ ਪਲੇਇੰਗ ਐਨੀਥਿੰਗ ਪਰ ਮੈਂ ਮਾਰ ਜੁਗ ਮਗੁੱਛ ਵੀ ਕਰੂੰਗਾ ਮੇਰੇ ਕੋਲ ਇਦਾਂ ਦੀ ਸਲਾਈਟਸ ਨਹੀਂ ਲੋਕਾਂ ਨੂੰ ਨਹੀਂ ਪਤਾ ਲੱਗਣਾ ਵੀ ਮੈਂ ਕਦੋਂ ਪੱਤੇ ਇੱਧਰ ਦੀ ਉੱਧਰ ਕਰ ਰਿਹਾ ਮੈਂ ਆਪਣਾ ਨਹੀਂ ਕਰੂੰਗਾ ਓਕੇ ਇਫ ਆਮ ਪਲੇਇੰਗ ਆਮ ਪਲੇਇੰਗ ਫੇਅਰ ਬਟ ਇਨ ਅ ਮੈਜਿਕ ਤੁਹਾਨੂੰ ਥੋੜਾ ਮੋਟਾ ਜੇ ਤੁਸੀਂ ਇਧਰ ਉਧਰ ਕਰ ਵੀ ਲੈਨੇ ਹੋ ਦੈਟਸ ਜਸਟ ਫॉर ਐਂਟਰਟੇਨਮੈਂਟ ਨਹੀਂ ਉਹ ਤੇ ਉਹ ਜੀ ਉਹ ਜੇ ਕਿਸੇ ਦੇ ਮੂੰਹ ਤੇ ਸਮਾਈਲ ਰੱਖਣ ਵਾਸਤੇ ਭਾਜੀ ਇੱਕ ਦੇ ਵੇਰੇ ਕੁਝ ਕਰਨਾ ਵੀ ਪੈ ਜਾਂਦਾ ਹੈ ਆਲ ਡੂ ਇਟ ਬਿਲਕੁਲ ਠੀਕ ਹੈ ਸੋ ਬਿਲਕੁਲ ਇੱਕ ਦਾ ਨਿੱਕੀ ਮੋਟੀ ਗਲਤੀ ਵੀ ਜੇ ਕਿਸੇ ਜ਼ਿੰਦਗੀ ਬਦਲਦੀ ਆ ਤੇ ਵਾਈ ਨਾਟ ਵਾਈ ਨਾਟ ਭਾਜੀ ਮੈਂ ਇੰਡੀਆਸ ਕਾ ਟੈਲੈਂਟ ਤੋਂ ਵਾਪਸ ਆ ਰਿਹਾ ਸੀ ਇਟਸ ਅ ਹਿਊਜ ਸਟੋਰੀ ਮਤਲਬ ਉਹ ਇੰਡੀਆਸ ਕਾ ਟੈਲੈਂਟ ਦਾ ਕੋਈ ਇੱਕ ਉਹ ਕੈਨਸਲ ਹੋ ਗਿਆ ਸੀਗਾ ਆਡੀਸ਼ਨ ਉਸ ਟਾਈਮ ਤੇ ਮੇਰੇ ਫਾਦਰ ਨੇ ਮੈਨੂੰ ਕਿਹਾ ਸੀਗਾ ਵੀ ਯੂ نو ਵਟ ਜੇ ਅਨਮੋਲ ਤੂੰ ਇੰਡੀਆਸ ਗਾ ਟੈਲੈਂਟ ਚ ਸਿਲੈਕਟ ਹੋ ਗਿਆ ਮੈਂ ਤੈਨੂੰ ਕਰਨ ਦੇਵਾਂਗਾ ਨਹੀਂ ਤਾਂ ਆਈ ਯੂ ਹੈਵ ਟੂ ਲੀਵ ਇਟ ਕਿਉਂਕਿ ਮੈਂ ਚਾਹਨਾ ਤੂੰ ਇੱਕ ਸਿਕਿਉਰ ਕਰੀਅਰ ਚੁਣੇ ਹਰ ਇੱਕ ਪੇਰੈਂਟਸ ਚਾਹੁੰਦੇ ਵੀ ਉਹਨਾਂ ਦੇ ਇਦਾਂ ਦਾ ਕੋਈ ਸਿਕਿਉਰ ਕਰੀਅਰ ਚੁਣ ਮੈਜਿਕ ਇਸ ਨਾਟ ਅ ਸਿਕਿਉਰ ਕਰੀਅਰ ਪਾਜੀ ਠੀਕ ਹੈ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਫਾਦਰ ਮੈਂ ਕਰਨਾ ਚਾਹੁੰਦਾ ਕਹਿੰਦੇ ਠੀਕ ਹੈ ਪ੍ਰੂਵ ਯੋਰਸੈਲਫ ਸਿਲੈਕਟ ਹੋ ਜਾ ਮੈਂ ਕਿਹਾ ਠੀਕ ਹੈ ਮੈਂ ਤੇ ਪਹੁੰਚਿਆ ਇੰਡੀਆਜ਼ ਗਾਟਰਨ ਦਾ ਆਡੀਸ਼ਨ ਹੀ ਨਹੀਂ ਸੀਗਾ ਉੱਥੇ देयर वाज ਲਾਈਕ ਅ ਲਾਈਕ ਲੌਂਗ ਸਟੋਰੀ ਹੈ ਬਟ ਉਹਨਾਂ ਨੇ ਪੋਸਟਰ ਪਾਇਆ ਸੀ ਵੀ ਇੰਡੀਅਨਸ ਘਟਰਨ ਦਾ ਐਡੀਸ਼ਨ ਹੈਗਾ ਪਰ ਉਸ ਸੰਦੇ ਟ੍ਰੈਡੀਸ਼ਨ ਨਹੀਂ ਹੋ ਰਿਹਾ ਸੀਗਾ ਡਰਾਫਟ ਵਰਡਸ ਨਿਊਜ਼ ਆਪਾ ਵਗੈਰਾ ਆਲੇ ਜੋ ਵੀ ਰਿਪੋਰਟਰ ਸੀਗੇ ਉਹ ਸਾਰੇ ਆਏ ਤੇ ਉਹਨਾਂ ਨੇ ਫਿਰ ਕਿਤੇ ਇੱਕ ਸਕੂਲ ਦੇ ਵਿੱਚ ਇੱਕ ਛੋਟਾ ਜਿਹਾ ਇਕੋਡੀਸ਼ਨ ਉਹਨਾਂ ਨੇ ਲਾਈਕ ਬਿਠਾਤਾ ਮੈਂ ਉਦੋਂ ਅੰਮ੍ਰਿਤਸਰ ਤੋਂ ਡੇਢ ਘੰਟਾ ਦੂਰ ਬਸਤੇ ਆ ਚੁੱਕਿਆ ਸੀਗਾ ਮੈਂ ਰਾਹ ਦੇ ਵਿੱਚ ਆ ਰਿਹਾ ਸੀ ਮੈਂ ਬਹੁਤ ਰੋ ਰਿਹਾ ਸੀ ਬਿਕਾਜ਼ ਆਈ ਵਾਸ ਲਾਈਕ ਯਾਰ ਮੈਂ ਇਹ ਕਰਨਾ ਚਾਹਣਾ ਮੈਂ ਨਹੀਂ ਕਰ ਸਕਦਾ ਐਟ ਦਾ ਪੁਆਇੰਟ ਵਾਈ ਮੇਰੇ ਨਾਲ ਇੱਕ ਬਾਬਾ ਜੀ ਬੈਠੇ ਸੀਗੇ ਕੋਈ ਤਾਂ ਉਹ ਮਤਲਬ ਹੀ ਵਾਸ ਅ 올ਡ ਗਾਈ ਸੇ ਉਸ ਤੋਂ ਬਾਅਦ ਫਿਰ ਉਹ ਰੋ ਰਹੇ ਸੀਗੇ ਸੋ ਮੈਂ ਵੀ ਰੋ ਰਹੇ ਸੀ ਉਹ ਵੀ ਰੋ ਰਹੇ ਸੀ ਆਮ I ਵਾਸ ਲਾਈਕ ਮੈਂ ਪੁੱਛ ਕੇ ਕਰ ਰਿਹਾ ਨਾ ਪੁੱਛਿਆ ਮੈਂ ਕੈਨ ਮੋਲ ਚਲੇ ਆ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਪੁੱਛਣਾ ਪੱਟੀ ਵਟ ਹੈਪਨਡ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਯੂ ਨੋ ਵਟ ਮੈਂ ਐਟ ਦ ਪੁਆਇੰਟ ਫੈਮਿਲੀ ਚ ਕੁਝ ਇਸ਼ੂਸ ਵਗੈਰਾ ਸੀਗੇ ਸਾਰੇ ਬਟੇ ਕੋਈ ਗੱਲ ਨਹੀਂ ਤੁਸੀਂ ਨਹੀਂ ਸਮਝੋਗੇ ਬਟ ਇਟਸ ਓਕੇ ਫਿਰ ਮਨ ਨੂੰ ਕਿਹਾ ਮੈਂ ਕਿਹਾ ਚਲੋ ਛੱਡੋ ਲੈਟ ਮੀ ਸ਼ੋ ਯੂ ਸਮਥਿੰਗ ਮਨ ਨੂੰ ਮੈਜਿਕ ਦਿਖਾਇਆ ਅੱਛਾ 5 ਮਿੰਟ ਬਾਅਦ ਉਹ ਰੋਣਾ ਬੰਦ ਕਰ ਗ ਉਹ ਉਹਨਾਂ ਦਾ ਸਟਾਪ ਵਾਲਾ ਸਟੇਸ਼ਨ ਆ ਗਿਆ ਮੈਨੂੰ ਅਜੇ ਤੱਕ ਵੀ ਨਹੀਂ ਯਾਦ ਵੀ ਉਹ ਕੌਣ ਸੀਗੇ ਬਟ ਉਦੋਂ ਫਿਰ ਉੱਠ ਕੇ ਜਦੋਂ ਵਾਪਸ ਬਸ ਤੋਂ ਜਾਣ ਲੱਗੇ ਨਾ ਹੀ ਟਰਨਡ ਓਵਰ ਐਂਡ ਹੀ ਸੈਡ ਬਟ ਜੋ ਵੀ ਤੂੰ ਕਰ ਰਹਿਣਾ ਛੱਡੀ ਨਾ ਅੱਛਾ that was the moment when i was like we you know what ਮੈਂ ਇਹ ਚੀਜ਼ ਕਰਨੀ ਹੈ ਆਪਣੀ ਸਾਰੀ ਲਾਈਫ ਇਹ ਚੀਜ਼ ਮੈਂ ਇਹ ਚੀਜ਼ ਮੈਂ ਛੱਡਨੀ ਨਹੀਂ نو ਯੂ ਆਰ ਡੂਇੰਗ ਗ੍ਰੇਟ ਭਾਜੀ ਇਹ ਬਾਕੀ ਨਾ ਛੱਡਿਓ ਥੈਂਕ ਯੂ ਫਰ ਇਤ ਇਹ ਤੁਹਾਡੇ ਛੱਡਣ ਵਾਲੀ ਚੀਜ਼ ਹੈ ਭਾਜੀ ਉਹ ਦਿਨ ਹੀ ਛੱਡਾਂਗੇ ਜਦੋਂ ਸਾਹ ਛੱਡਾਂਗੇ ਨਾ ਯੂ ਆਰ ਏ ਗ੍ਰੇਟ ਹੋਰ ਕੁਝ ਹੈਗਾ ਆਪਣਾ ਅਰੇ ਫੋਰ ਸ਼ੋਰ ਫੋਰਸ਼ ਲੈਟਸ ਡੂ ਵਨ ਮੋਰ ਭਾਜੀ ਲੈਟਸ ਡੂ ਵਨ ਮੋਰ ਸੋ ਮੈਂ ਕੀ ਕਰਦਾ ਇਹ ਮੇਰਾ ਫੋਨ ਹੈ ਤੇ ਮੇਰੇ ਫੋਨ ਐਕਚੁਅਲੀ ਯੂ نو ਵਟ ਲੋਟ ਆਫ ਪੀਪਲ ਦੇ ਵਿਲ ਥਿੰਕ ਮੇਰੇ ਫੋਨ ਚ ਕੁਝ ਹੈਗਾ ਮੈਂ ਫੋਨ ਨੂੰ ਸਾਈਡ ਤੇ ਰੱਖਦਾ ਡੂ ਯੂ ਮਾਈਂਡ ਕਿ ਇਨੀ ਜੁਆਇਨ ਇਨੀ ਜਾਈ ਆਪਾਂ ਤੁਹਾਡੇ ਨਾਲ ਇੱਕ ਛੋਟੀ ਟ੍ਰਿਕ ਕਰਨ ਦੀ ਕੋਸ਼ ਨਾ ਇਟਸ ਵੈਰੀ ਸਿੰਪਲ ਮੈਂ ਚਾਹਨਾ ਵੀ ਤੁਸੀਂ ਆਪਦੇ ਫੋਨ ਨੂੰ ਅਨਲੌਕ ਕਰੋ ਠੀਕ ਹੈ ਜੇ ਤੁਸੀਂ ਅਨਲੌਕ ਕਰੋਗੇ ਆਪਾਂ ਤੁਹਾਡੇ ਫੋਨ ਦੇ ਵਿੱਚ ਮੈਂ ਇੱਕ Song ਨੂੰ ਪਲੇ ਕਰੂੰਗਾ ਐਂਡ ਆਲ ਨਾ ਟੈਲ ਯੂ ਵੀ Song ਕਿਹੜਾ ਹੈ ਪਰ ਮੈਂ Song ਨੂੰ ਪਲੇ ਕਰੂੰਗਾ ਸੋ ਫਾਰ ਐਗਜ਼ਾਮਪਲ ਮੈਂ ਰਾਈਟ ਨਾਓ ਇੱਕ Song ਪਲੇ ਕਰ ਰਿਹਾ ਪਰ ਮੈਂ ਨਹੀਂ 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 ਭਾਜੀ ਨਹੀਂ ਨਹੀਂ ਤੁਸੀਂ ਤੁਸੀਂ ਮੈਂ ਕਿਸੇ ਨੂੰ ਨਹੀਂ ਦਿਖਾਉਂਗਾ ਵੀ ਮੈਂ ਜਿਹੜਾ Song ਪਲੇ ਕਰ ਰਿਹਾ ਤੁਹਾਡੇ ਫੋਨ ਤੇ ਉਹ ਕਿਹੜਾ ਹੈ ਤੇ ਮੈਂ Song ਨੂੰ ਰੱਖ ਦਿੰਦਾ ਹਾਂ ਪਲੇ ਕਰਕੇ ਫੇਸ ਡਾਊਨ ਇੱਥੇ ਤੇ ਮੈਂ ਤੁਹਾਡੇ ਫੋਨ ਦੇ ਵੋਲਿਊਮ ਨੂੰ ਬਿਲਕੁਲ ਜ਼ੀਰੋ ਕਰ ਦਊਂਗਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਜਿਹੜਾ Song ਪਲੇ ਹੋ ਰਿਹਾ ਉਹ ਕਿਹੜਾ ਰਾਈਟ ਫੇਸ ਡਾਊਨ ਇੱਕ Song ਦੇ ਉੱਤੇ ਪਲੇ ਹੋ ਰਿਹਾ ਰਾਈਟ ਆ ਆਪਾਂ ਕੋਈ ਸੈਟਿੰਗ ਨਹੀਂ ਕੀਤੀ ਨਾਥਿੰਗ ਲਾਈਕ ਦੈਟ ਮੈਂ ਤੁਹਾਨੂੰ ਇਹ ਟ੍ਰਿਕ ਪਹਿਲਾਂ ਐਕਸਪਲੇਨ ਵੀ ਨਹੀਂ ਕੀਤੀ ਵੀ ਆਪਾਂ ਕੀ ਕਰ ਲਾਂਗੇ ਮੇਰਾ ਫੋਨ ਇੱਥੇ ਹੈਗਾ ਮੇਰੇ ਫੋਨ ਦੇ ਵਿੱਚ ਮੈਂ ਨਾਰਮਲ ਇੱਕ ਨੋਟਸ ਦੀ ਐਪ ਖੋਲੂੰਗਾ ਤੇ ਨੋਟਸ ਦੇ ਵਿੱਚ ਇੱਕ ਨਿਊ ਨੋਟਸ ਬਣਾਵਾਂਗੇ ਆਪਾਂ ਤੇ ਮੈਂ ਤੁਹਾਨੂੰ ਫੋਨ ਦਿੰਦਾ ਮੈਂ ਚਾਹੁੰਦਾ ਵੀ ਤੁਸੀਂ ਇੱਕ Song ਦੇ ਬਾਰੇ ਸੋਚੋ ਜਿਹੜਾ ਕਿ ਪਿਛਲੇ 10 ਸਾਲ ਦੇ ਵਿੱਚ ਰਿਲੀਜ਼ ਹੋਇਆ ਸੀ ਮੈਕਸਿਮਮ 10 ਇਅਰਸ ਸੋ ਇਟ ਕੈਨ ਬੀ ਨਿਊ ਬਨ ਜਾਂ ਫਿਰ ਮੈਕਸਿਮਮ 10 ਸਾਲ ਪੁਰਾਣਾ ਸੋ ਆਈ ਕੈਨ ਗਿਵ ਯੂ ਸਮਥਿੰਗ ਲਾਈਕ ਜਿਵੇਂ ਕਿ स्पेस सिद्धू मूसे वाला दो सौ पचानवे केसरिया स्पेस सिद्धू सोरी अरिजीत राइट गॉड्स प्लान स्पेस ब्रेक सो गाने का नाम स्पेसर okay. नाम टाइप तो कर दो ऑफिशियली रिलीज सॉन्ग होना चाहिए yeah. बस जस गाने का नाम स्पेसर नाम टाइप कर दो वेन यू डन जस्ट टैल मी योर डन

ਹਾਂ hmm. just a second ਮੈਂ ਲਾਸਟ ਉਹ ਪਲੇ ਕਰਦਾ ਦੁਬਾਰਾ ਸਟਾਰਟ ਹੋ ਗਿਆ ਹਾਂ ਠੀਕ ਹੈ ਫਿਰ ਮੈਂ ਮੈਂ ਥੋੜਾ ਐਪਲੀ ਕਰਦਾ ਥੋੜਾ ਐਪਲੀ ਕਰਦਾ ਐਗਜ਼ੈਕਟ ਇਹੀ ਸੌਂਗ ਥੈਟਸ ਇਨਫੇਰ ਥੈਂਕ ਯੂ ਮੈਮ ਥੈਂਕ ਯੂ ਅੱਛਾ ਇੰਗਲਿਸ਼ ਗਾਣਾ ਪੰਜਾਬੀ ਗਾਣਾ ਹਿੰਦੀ ਗਾਣਾ ਮੈਟਰ ਹੀ ਨਹੀਂ ਕਰਦਾ ਨਹੀਂ ਪਿਛਲੇ 10 ਸਾਲਾਂ ਦੇ ਵਿੱਚ ਤਾਂ ਹੀ ਮੈਂ ਉਹਨਾਂ ਨੂੰ ਕਹਿਣਾ ਪਿਛਲੇ 10 ਸਾਲਾਂ ਦੇ ਵਿੱਚ ਇੰਗਲਿਸ਼ ਹਿੰਦੀ ਪੰਜਾਬੀ ਕੰਬਾਈਨਡ 17 ਮਿਲੀਅਨ Song ਰਿਲੀਜ਼ ਹੋਏ ਆ ਸੋ 17 ਮਿਲੀਅਨ ਦੇ ਵਿੱਚੋਂ ਇੱਕ Song ਨੂੰ ਗੈਸ ਕਰਨਾ ਦੈਟ ਇਜ਼ ਵਨ ਆਫ ਦ ਬੈਸਟ ਆਈ ਥੌਟ ਹੀ ਵੁਡਨਟ ਬੀ ਏਬਲ ਟੂ ਇਸ ਲਈ ਮੈਂ ਪੰਜਾਬੀ ਨਹੀਂ ਕੀਤਾ ਆਈ ਵੈਂਟ ਅਹੈਡ ਵਿਦ ਦਿਸ ਕਮਾ ਗਿਵ ਮੀ ਫਾਈਵ ਅਨਬਲੀਵੇਬਲ ਯੂ ਆਰ ਡੂਇੰਗ ਅ ਗ੍ਰੇਟ ਥੈਂਕ ਯੂ ਪਾਦੀ ਥੈਂਕ ਯੂ ਪਾਦੀ ਯੂ ਆਰ ਡੂਇੰਗ ਗ੍ਰੇਟ ਕਮਾ ਥੈਂਕ ਯੂ ਮੈਮ ਐਂਡ ਜੇ ਤੁਸੀਂ ਕਰੀ ਬੈਠੇ ਹੋ ਗਿਵ ਹਰ ਬਿਗ ਰਾਉਂਡ ਆਫ ਅਪਲਾਸ ਫਾਰ ਹਰ ਓਕੇ ਸਿਟਿੰਗ ਐਟ ਹੋਮ ਕਮ ਆਨ ਯਾ ਇਹ ਤਾਂ ਕਿੰਨੀ ਬਹੁਤ ਸੋਹਣਾ ਭਾਜੀ ਕਮਾਲ ਦਾ ਮੈਜਿਕ ਆ ਤੇ ਮਤਲਬ ਬੰਦਾ ਹੈਰਾਨ ਹੀ ਰਹਿ ਜਾਂਦਾ ਜੀ ਨਹੀਂ ਭਾਜੀ ਤੁਹਾਡੇ ਮਤਲਬ ਵਾਕਈ ਜੀ ਟ੍ਰਿਕ ਬਹੁਤ ਕਮਾਲ ਦੇ ਨੇ ਇੱਕ ਟ੍ਰਿਕ ਤਾਂ ਮੈਂ ਵੀ ਦਿਖਾਵਾਂ ਦਿਖਾਓ ਭਾਜੀ ਮੈਂ ਵੀ ਤੁਹਾਨੂੰ ਦਿਖਾਉਣਾ ਟ੍ਰਿਕ ਇੱਕ ਕਿੱਥੇ ਗਈ ਸਾਡੀ ਗਿੰਨ ਆ ਲਓ ਜੀ ਠੀਕ ਹੈ ਭਾਜੀ ਧਿਆਨ ਦੇਣਾ ਮੈਂ ਦੇਖ ਰਿਹਾ ਭਾਜੀ ਤੁਸੀਂ ਦੇਖ ਰਹੇ ਹੋ ਭਾਜੀ ਇਹ ਦੇਖੋ ਇਹ ਬਾਲ ਹਮ ਹੱਥ 'ਚ ਮੇਰੇ ਕੁਛ ਨਹੀਂ ਆ ਸਲੀਵਜ਼ ਉੱਤੇ ਆ ਮਾਈ ਗੋਡ ਮੈਂ ਫੂਲ ਹੋ ਚੁੱਕਿਆ ਆਲਰੇਡੀ ਓਕੇ ਠੀਕ ਆ ਆਪ ਫਿਰ ਦੇਖ ਲਓ ਮੇਰੀਆਂ ਸਲੀਵਜ਼ ਉੱਤੇ ਨੇ ਮੈਂ ਦੇਖ ਰਿਹਾ ਠੀਕ ਆ ਹੁਣ ਇਹ ਬਾਲ ਆ ਠੀਕ ਹੈ ਜੀ ਅਨੰਬਰ ਤੁਸੀਂ ਮਤਲਬ ਪੜੋ ਉੱਚੀ ਪੜੋ ਸਾਰਿਆਂ ਨੂੰ ਬੋਲ ਕੇ ਦੱਸੋ ਓਕੇ 96 ਨਹੀਂ ਨਹੀਂ ਇੱਕ ਨੰਬਰ ਦੱਸੋ ਨਾ ਦੋ ਨੰਬਰ ਐ 6 ਓਕੇ ਸੋ ਸਾਰਿਆਂ ਨੇ ਦੇਖਿਆ ਆਪਾਂ ਕੁਛ ਨਹੀਂ ਦੇਖੋ ਸਲੀਜ਼ ਉੱਪਰ ਐਗਜ਼ੈਕਟਲੀ ਤੁਸੀਂ 6 ਪੜਿਆ ਹਾਂਜੀ ਹੁਣ ਦੇਖੋ ਓ ਮਾਈ ਗੋਡ ਇਟ ਇਜ਼ ਹਾਊ ਡਿਡ ਯੂ ਡੂ ਥੈਟ ਜਿੱਦਾਂ ਕਰਤਾ ਸਾਡੇ ਕੋਲ ਤੇ ਇਦਾਂ ਨਹੀਂ ਆਈ ਨੇ ਕਰਤਾ ਬੜੀ ਜੀ ਡਿਡ ਗ੍ਰੇਟ ਭਾਜੀ ਥੈਂਕ ਯੂ ਸੋ ਮੱਚ ਅਮੇਜ਼ਿੰਗ ਸਾੜਾ ਜ ਟ੍ਰਿਕ ਅਖੀਰ ਤੇ ਮੈਂ ਦੱਸਣਾ ਜ਼ਰੂਰ ਸੀ ਕਿ ਨਹੀਂ ਮੈਨੂੰ ਮੇਕਅਪ ਜੀ ਸੀਕਰਟ ਨਾ ਦੱਸਿਓ ਮੇਰਾ ਮੇਰਾ ਇਦਾਂ ਹੀ ਰਹੇ ਭਾਜੀ ਥੈਂਕ ਯੂ ਭਾਜੀ ਬਹੁਤ ਵਧੀਆ ਤੁਸੀਂ ਬਹੁਤ ਟੈਲੈਂਟਡ ਹੋ ਥੈਂਕ ਯੂ ਬਹੁਤ ਕਮਾਲ ਦਾ ਮਤਲਬ ਅਮੇਜ਼ਿੰਗ ਟਾਈਮ ਮਜ਼ਾ ਆਇਆ ਦੇਖ ਕੇ ਤੇ ਤੁਸੀਂ ਸ਼ਾਈਨ ਕਰਦੇ ਰਹੋ ਗਰੋ ਕਰਦੇ ਰਹੋ ਅਸੀਂ ਤੁਹਾਨੂੰ ਇੰਸਟਾਗ੍ਰam ਤੇ ਫੋਲੋ ਕਰਦੇ ਰਹੀਏ ਜਾਜਾ ਕੇ ਤੇ ਤੁਹਾਡੀਆਂ ਰੋਜ਼ ਰੋਜ਼ ਨਵੇਂ ਨਵੇਂ ਮੈਜਿਕਸ ਖੁਸ਼ੀਆਂ ਮੰਡਦੇ ਰਹੋ ਮੈਂ ਜਿਹੜੀਆਂ ਤੁਸੀਂ ਲੋਕਾਂ ਦੇ ਚਿਹਰੇ ਤੇ ਹਾਸੇ ਖੇੜੇ ਲੈ ਕੇ ਆ ਰਹੇ ਹੋ ਨਾ ਉਹਦੇ ਵ ਅਨਮੋਲ ਦੀਪ ਸਿੰਘ ਜੀ ਅਨਮੋਲ ਡਾਟ ਮੈਜਿਕ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਤੇ ਕਮਾਲ ਦਾ ਸ਼ੋਅ ਅਮੇজিং ਸ਼ੋਅ ਸਾਡੇ ਵਾਸਤੇ ਸਾਡੇ ਵਾਸਤੇ ਅੱਜ ਲੈ ਕੇ ਆਏ ਸੀਗੇ ਸੋ ਸਾਨੂੰ ਤੇ ਪੂਰਾ ਮਜ਼ਾ ਆ ਤੁਸੀਂ ਵੀ ਆਪਣੀਆਂ ਟਿੱਪਣੀਆਂ ਮੈਸੇਜ ਜਰੂਰ ਨਾਲ ਸਾਡੇ ਤੱਕ ਕਰਿਓ ਕਿ ਬਈ ਤੁਹਾਨੂੰ ਇਹ ਸ਼ੋਅ ਕਿਵੇਂ ਦਾ ਲੱਗਾ ਮੈਨੂੰ ਜੋਗਰਾ ਸਿੰਘ ਕੱਲ ਨੂੰ ਦਿਵਾ ਗਿਆ ਤੁਸੀਂ ਦੇਖ ਤੋਂ ਪ੍ਰਾਈਮੇਰੀ ਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ